ਸਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ। ਅਸੀਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਬੜੇ ਵਿਸਥਾਰ ਸਹਿਤ ਅਸੀਂ ਚਰਚਾ ਕਰਦੇ ਰਹੇ ਹਾਂ। ਇਹ ਜੋ ਹਫ਼ਤਾ ਹੈ ਇਹ ਸ਼ਹਾਦਤਾਂ ਦਾ ਇਹ ਮਹੀਨਾ ਸ਼ਹਾਦਤਾਂ ਦਾ ਮਹੀਨਾ ਕਿਹਾ ਜਾ ਸਕਦਾ ਹੈ। ਜਿਸ ਵਿੱਚ ਸਾਕੀਲਾ ਤਾਰਾ ਉਸ ਦੀ 25ਵੀਂ ਸਾਲਗਿਰਹ 25ਵੀਂ ਵਰੇਗੰਢ ਹੈ। ਬਾਬਾ ਬੰਦਾਬਹਾਦਰ ਦੀ ਸ਼ਹਾਦਤ ਵੀ ਇਸੇ ਮਹੀਨੇ ਵਿੱਚ ਹੋਈ। ਔਰ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਮਹਾਨ ਸ਼ਹਾਦਤ ਇਸੇ ਮਹੀਨੇ ਦਿੱਤੀ। ਜਿਹੜਾ ਸਾਕਾ ਨੀਲਾ ਤਾਰਾ ਅੱਜ ਤੋਂ 25 ਸਾਲ ਪਹਿਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਭਾਰਤ ਸਰਕਾਰ ਦੀ ਫੌਜੀ ਕਾਰਵਾਈ ਦੇ ਨਾਲ ਹੋਇਆ ਉਹ ਇੱਕ ਐਸਾ ਸਾਕੇ ਹੈ ਜਿਸ ਨੂੰ ਸਰਕਾਰ ਨੇ ਵੀ ਬਾਰ ਬਾਰ ਕਿਹਾ ਕਿ ਇਸ ਦਾ ਹੋਰ ਕੋਈ ਚਾਰਾ ਨਹੀਂ ਸੀ ਇਸ ਸਾਕੇ ਨੇ ਸਾਰੀ ਮਾਨਵਤਾ ਨੂੰ ਹਿਲਾ ਕੇ ਰੱਖ ਦਿੱਤਾ 25 ਸਾਲ ਲੰਘ ਗਏ ਪਰ ਹਾਲੇ ਤੱਕ ਉਸ ਦੇ ਬਾਰੇ ਨਾ ਤਾਂ ਕੋਈ ਸਹੀ ਜਾਣਕਾਰੀ ਦਿੱਤੀ ਗਈ ਕਿ ਹੋਇਆ ਕੀ ਸੀ ਕਿਉਂ ਹੋਇਆ ਸੀ ਕੀ ਕਾਰਨ ਸਨ ਕਾਗਜ਼ੀ ਕਾਰਵਾਈ ਤਾਂ ਕੀਤੀ ਗਈ ਸਰਕਾਰ ਵੱਲੋਂ ਇੱਕ ਵਾਈਟ ਪੇਪਰ ਜਾਰੀ ਕੀਤਾ ਗਿਆ ਪਰ ਉਹ ਇਤਨਾ ਅਧੂਰਾ ਔਰ ਉਸ ਦੇ ਵਿੱਚ ਐਸੀ ਜਾਣਕਾਰੀ ਸੀ ਕਿ ਜਿਹੜੀ ਕੋਈ ਜਾਣਕਾਰੀ ਨਹੀਂ ਸਿੱਧੇ ਪਾ ਰਹੀ ਦੂਸਰੇ ਪਾਸੇ ਜਿਹੜੀ ਰਾਜਨੀਤਿਕ ਪਾਰਟੀ ਜਿਨ੍ਹਾਂ ਦਾ ਪ੍ਰਬੰਧ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਔਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕਾਫੀ ਚਿਰ ਦੇ ਬਾਅਦ ਕਾਫੀ ਮੰਗ ਦੇ ਬਾਅਦ ਇੱਕ ਵਾਈਟ ਪੇਪਰ ਉਹਨਾਂ ਵੱਲੋਂ ਵੀ ਜਾਰੀ ਕੀਤਾ ਗਿਆ ਪਰ ਉਸ ਦੇ ਵਿੱਚ ਵੀ ਜਿਹੜੇ ਤੱਤਸਣ ਕਿ ਹਰਮੰਦਰ ਸਾਹਿਬ ਦੇ ਵਿੱਚ ਹੋਇਆ ਕੀ ਕਿਉਂ ਹੋਇਆ ਇਤਿਹਾਸ ਪੁਰਾਣੇ ਪੁਰਾਣੀਆਂ ਘਟਨਾਵਾਂ ਦਾ ਜ਼ਿਕਰ ਤਾਂ ਕੀਤਾ ਗਿਆ ਪਰ ਦਰਅਸਲ ਉਸ ਸਾਕੇ ਵਿੱਚ ਜੋ ਵਾਪਰਿਆ ਉਹ ਅਜੇ ਤੱਕ ਜਾਣਕਾਰੀ ਨਹੀਂ ਹੈ ਜਿਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ देयर आर 3 ਟਾਈਪਸ ਆਫ ਲਾਈਜ਼ ਲਾਈਜ਼ ਐਬਸੋਲਿਊਟ ਲਾਈਜ਼ ਐਂਡ ਸਟੈਟਿਸਟਿਕਸ اسپੈਸ਼ਲੀ ਗਵਰਨਮੈਂਟ ਸਟੈਟਿਸਟਿਕਸ ਜਿਸ ਤਰ੍ਹਾਂ ਕਹਿੰਦੇ ਹਨ ਦੀ ਪਰਪਸ ਆਫ ਦੀ ਸਟੈਟਿਸਟਿਕਸ ਇਜ਼ ਨਾਟ ਟੂ ਰਿਵੀਲ ਦੇ ਆਰ ਲਾਈਕ ਬਿਕਨੀਜ਼ ਦੀ ਪਰਪਸ ਇਜ਼ ਨਾਟ ਟੂ ਰਿਵੀਲ ਬਟ ਟੂ ਕਨਸੀਲ ਉਹ ਵਾਈਟ ਪੇਪਰ ਸਾਡੇ ਸਾਹਮਣੇ ਹਨ ਜਿਹੜੇ ਕਿ ਕੁਝ ਉਸ ਦੇ ਪਿਛੋਕੜ ਨੂੰ ਔਰ ਉਸ ਦੇ ਬਾਰੇ ਦੱਸਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਾਈਟ ਪੇਪਰ ਵੀ ਸਾਡੇ ਕੋਲ ਹੈ ਸਵਾਲ ਏ ਹੈ ਕਿ ਰਾਜਨੀਤਿਕ ਪਾਰਟੀਆਂ ਰਾਜਨੀਤਿਕ ਜਥੇਬੰਦੀਆਂ ਰਾਜਨੀਤਿਕ ਮੰਗਾਂ ਇੱਕ ਪਾਸੇ ਹਨ ਸਰਕਾਰ ਦੀ ਕੀਤੀ ਕਾਰਵਾਈ ਔਰ ਜਿਸ ਨੇ ਸਰਕਾਰ ਦੇ ਵਾਈਟ ਪੇਪਰ ਵਿੱਚ ਕਿਹਾ ਗਿਆ ਕਿ ਖਾਲੀ ਫੌਜ ਦੀ ਰਹੀ ਨਹੀਂ ਕੀਤੀ ਗਈ ਬਲਕਿ ਇਹ ਸਵਿਚ ਪਤੀ वायुसेना ਔਰ ਭਾਰਤੀ ਨੌ ਸੈਨਾ ਇਹ ਫੌਜ ਦੇ ਤਿੰਨੋਂ ਅੰਗਾਂ ਦੇ ਆਰਮੀ ਨੇਵੀ ਔਰ 에ਅਰ ਫੋਰਸ ਦੇ ਨਾਲ ਉਸ ਛੋਟੀ ਜੀ ਸਥਾਨ ਦੇ ਉੱਤੇ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਜੋ ਕਾਰਵਾਈ ਕੀਤੀ ਗਈ ਔਰ ਜਿਸ ਤੰਗ ਦੇ ਨਾਲ ਕੀਤੀ ਗਈ ਕਿ ਇਹਹੀ ਇਹ ਹੀ ਕੋਸ ਦਾ ਤਰੀਕਾ ਸੀ ਕਿ ਉਹ ਜਾਇਜ਼ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੇਵਲ ਸਿੱਖਾਂ ਦਾ ਸਥਾਨ ਨਹੀਂ ਹੈ। ਕੇਵਲ ਅਕਾਲੀਆਂ ਦਾ ਨਹੀਂ ਹੈ। ਕੇਵਲ ਪੰਜਾਬੀਆਂ ਦਾ ਨਹੀਂ ਹੈ। ਇਹ ਉਹ ਮਹਾਨ ਸਥਾਨ ਹੈ ਜਿਸਦੇ ਬਾਰੇ ਗੁਰੂ ਸਾਹਿਬ ਨੇ ਖੁਦ ਕਿਹਾ ਡਿੱਠੇ ਸੱਬੇ ਥਾਉ ਨਹੀਂ ਤੁਧ ਜਿਹਾ। ਇਹ ਉਹ ਮਹਾਨ ਸਥਾਨ ਹੈ ਜਿਸ ਦੀ ਨਹੀਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਈ ਮੀਆਂ ਵੀਰ ਜੀ ਦੇ ਕੋਲੋਂ ਰਖਵਾਈ। ਇਹ ਉਹ ਮਹਾਨ ਸਥਾਨ ਹੈ ਜਿੱਥੇ ਚਾਰੋਂ ਵਰਣਾ ਦੇ ਵਿੱਚੋਂ ਕਿਸੇ ਵਰਣ ਦੇ ਵਿੱਚੋਂ ਵੀ ਕੋਈ ਆ ਜਾਏ ਉਸ ਦਾ ਸਵਾਗਤ ਹੈ ਇਹ ਉਹ ਮਹਾਨ ਸਥਾਨ ਹੈ ਜਿੱਤੇ ਜਿਸ ਦੀ ਪਵਿੱਤਰਤਾ ਲਈ ਇਤਨਾ ਕੁਝ ਹੋਇਆ ਹੈ ਜਿਹੜਾ ਇਤਿਹਾਸ ਦੇ ਪੰਨਿਆਂ ਵਿੱਚ ਪੂਰਾ ਨਹੀਂ ਆਂਦਾ ਕੇਵਲ ਇੱਕ ਘਟਨਾ ਦੀਵਾਨ ਕੌੜਾ ਬਲ ਰਸਤੇ ਦੇ ਵਿੱਚ ਖੜੇ ਹਨ ਇਕ ਮਾਤਾ ਆਪਣੇ ਬੱਚੇ ਨੂੰ ਲੈ ਕੇ ਜਾ ਰਹੀ ਹੈ। ਵਾਹੋਦਾਹੀ ਜਾ ਰਹੀ ਹੈ। ਔਰ ਜਿਸ ਵੇਲੇ ਦੀਵਾਨ ਕੌੜਾ ਮਲ ਜੀ ਨੇ ਦੇਖਿਆ ਕਹਿਣ ਲੱਗੀ ਮਾਤਾ ਹਰਿਮੰਦਰ ਸਾਹਿਬ ਤੋਂ ਤਾਂ ਘੇਰਾ ਪਿਆ ਹੈ ਤੋ ਕਿੱਧਰ ਜਾ ਰਹੀ ਹੈ? ਤਾਂ ਉਹ ਕਹਿਣ ਲੱਗੀ ਕਿ ਮੈਂ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੀ ਹਾਂ। ਦੀਵਾਨ ਸਾਹਿਬ ਨੇ ਕਿਹਾ ਉੱਥੋਂ ਤੋ ਜ਼ਿੰਦਾ ਵਾਪਸ ਨਹੀਂ ਆ ਸਕਦੀ। ਉੱਥੇ ਅਬਦਾਲੀ ਦੀਆਂ ਫੌਜਾਂ ਹਨ। ਤਾਂ ਉਸ ਮਾਤਾ ਨੇ ਕਿਹਾ ਕਿ ਜੇ ਮੇਰਾ ਸਰੀਰ ਲੇਖੇ ਲੱਗ ਜਾਏ ਇਸ ਤੋਂ ਵੱਡੀ ਕਿਹੜੀ ਗੱਲ ਹੈ? ਦੀਵਾਨ ਸਾਹਿਬ ਦੇ ਕਿਹਾ ਤੈਨੂੰ ਆਪਣੇ ਤੇ ਤਰਸ ਨਹੀਂ ਇਹ ਤੇਰੀ ਗੋਦ ਵਿੱਚ ਜਿਹੜਾ ਬੱਚਾ ਹੈ ਤੂੰ ਇਸ ਤੇ ਤਾਂ ਤਰਸ ਕਰ ਤਾਂ ਉਸ ਮਾਤਾ ਨੇ ਜਵਾਬ ਦਿੱਤਾ ਮੈਨੂੰ ਬੱਚੇ ਨਾਲ ਪਿਆਰ ਹੈ ਪਰ ਮੈਂ ਇਸ ਨੂੰ ਤਾਂ ਲੈ ਜਾ ਰਹੀ ਹਾਂ ਤਾਂ ਕਿ ਸ਼ਾਇਦ ਇਹ ਵੀ ਲੇਖੇ ਲੱਗ ਜਾਏ ਪ੍ਰੋਫੈਸਰ ਪੂਰਨ ਸਿੰਘ ਜਿਨੇ ਬੜੀ ਭਾਉ ਪੂਰਤ ਪੰਕਤੀਆਂ ਅੰਕਿਤ ਕੀਤੀਆਂ ਹਨ ਉਹ ਕਹਿੰਦੇ ਹਨ ਕਿ ਜਦੋਂ ਤੇ ਦਿਲ ਵਿੱਚ ਜਦੋਂ ਤੇਰੇ ਜ਼ਹਿਨ ਵਿੱਚ ਜਦੋਂ ਤੇਰਾ ਦਿਲ ਕਰੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਦਾ ਖਿਆਲ ਆਏ ਤੂੰ ਵਾਹੋਦਾਹੀ ਭੱਜ ਪਵੇਂ ਤੂੰ ਦੌੜੀ ਪਰ ਇੱਕ ਗੱਲ ਯਾਦ ਰੱਖੀ ਤੂੰ ਉੱਥੇ ਜਾ ਕੇ ਜਦੋਂ ਪ੍ਰਕਰਮਾਂ ਦੇ ਵਿੱਚ ਪਹੁੰਚੇ ਤਾਂ ਉੱਥੇ ਉਤਰ ਕੇ ਇੱਕ ਇੱਕ ਕਦਮ ਸਹਜੇ ਸਹਜੇ ਰੱਖੀ ਪੋਲੇ ਪੋਲੇ ਰੱਖੀ ਕਿਉਂਕਿ ਇੱਥੇ ਇੱਕ ਇੱਕ ਸਿਲ ਦੇ ਥੱਲੇ ਸੈਂਕੜੇ ਸਿੱਖਾਂ ਦੇ ਸਿਰ ਪਏ ਹਨ 25 ਸਾਲ ਪਹਿਲੇ ਉਸ ਹਰਮੰਦਰ ਸਾਹਿਬ ਦੀ ਰਾਖੀ ਲਈ ਡੁੱਲੇ ਹੋਏ ਖੂਨ ਵਿੱਚ ਹੋਰ ਖੂਨ ਡੋਲ ਕੇ ਹੋਰ ਖੂਨ ਰਲਾ ਕੇ ਉਸ ਨੂੰ ਗਾੜਾ ਕਰ ਦਿੱਤਾ ਗਿਆ ਇਹ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਜੋ ਪਵਿੱਤਰਤਾ ਸੀ ਔਰ ਉਸ ਸਾਕੇ ਦੇ ਵਿੱਚ ਕੀ ਕੁਝ ਹੋਇਆ ਕਿਸ ਤਰ੍ਹਾਂ ਹੋਇਆ ਅਸੀਂ ਇਸ ਨੂੰ ਸੰਖੇਪ ਦੇ ਵਿੱਚ ਜ਼ਰੂਰ ਵਿਚਾਰਾਂਗੇ ਜੋ ਸਰਕਾਰ ਦਾ ਜੋ ਪੱਖ ਸੀ ਜੋ ਵਾਈਟ ਪੇਪਰ ਕਰਕੇ ਜੋ ਜਾਰੀ ਕੀਤਾ ਗਿਆ ਉਸ ਦੇ ਵਿੱਚ ਕੀ ਕਾਰਨ ਦਿੱਤੇ ਗਏ ਕਿ ਇਹ ਕਾਰਵਾਈ ਕਿਉਂ ਕੀਤੀ ਗਈ ਆਖਰ ਕਿਹੜੀ ਗੱਲ ਸੀ ਜਿਸ ਤੇ ਕਰਕੇ ਇਤਨਾ ਵੱਡਾ ਕਾਂਡ ਵਾਪਰਨਾ ਪਿਆ ਔਰ ਇਤਨਾ ਵੱਡਾ ਕਾਂਡ ਵਾਪਰਿਆ ਉਸ ਤੋਂ ਪਹਿਲੇ ਅਸੀਂ ਜਿਹੜੀ ਪਹਿਲੀ ਤਸਵੀਰ ਵੇਖ ਰਹੇ ਹਾਂ ਇਹ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਹ ਪ੍ਰਾਤਨ ਤਸਵੀਰ ਹੈ ਜਿਹੜੀ ਕਿ ਪੁਰਾਤਨ ਐਚਿੰਗ ਦੇ ਰਾਹੀਂ ਬਣਾਈ ਗਈ ਹੈ। ਔਰ ਇਸ ਦੇ ਨਾਲ ਹੀ ਜਿਹੜੀ ਅਗਲੀ ਤਸਵੀਰ ਹੈ ਇਸ ਸ੍ਰੀ ਅਕਾਲ ਤਖਤ ਸਾਹਿਬ ਦੀ ਉਹ ਪੁਰਾਤਨ ਤਸਵੀਰ ਹੈ। ਸ੍ਰੀ ਅਕਾਲ ਤਖਤ ਸਾਹਿਬ ਉਹ ਪਾਵਨ ਸਥਾਨ ਹੈ ਜਿਹੜਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਬਾਅਦ ਹੋਂਦ ਵਿੱਚ ਆਇਆ। ਗੁਰ ਅਰਜਨ ਦੇਵ ਜੀ ਦੀ ਜਦੋਂ ਸ਼ਹਾਦਤ ਹੋਈ ਜਦੋਂ ਜਹਾਂਗੀਰ ਨੇ ਸਾਹਿਬ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਹ ਕਹਿ ਕੇ ਸ਼ਹੀਦ ਕਰ ਦਿੱਤਾ ਕਿ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੁਕਾਨੇ ਬਾਤਲ ਹੈ ਇਹ ਝੂਠ ਦੀ ਦੁਕਾਨ ਹੈ ਗੁਰ ਅਰਜਨ ਦੇਵ ਜੀ ਗੁੰਮਰਾਹ ਕਰ ਰਹੇ ਹਨ ਉਹ ਸਾਰੇ ਇਲਜ਼ਾਮ ਉਹ ਸਾਰੀਆਂ ਇਲਜ਼ਾਮ ਤਰਾਸ਼ੀਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ اور ਗੁਰੂ ਕੇ ਸਿੱਖਾਂ ਦੇ ਉੱਤੇ ਲਗਾਈਆਂ ਗਈਆਂ ਗੁਰ ਅਰਜਨ ਦੇਵ ਜੀ ਇਤਨੇ ਅਸਹਿ ਹਰਕਤ ਅਸੀਹੇ ਦੇ ਕੇ ਲਾਹੌਰ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ ਉਸ ਤੋਂ ਬਾਅਦ ਇੱਕ ਸਰਕਾਰੀ ਐਲਾਨ ਜਾਰੀ ਹੋਇਆ ਕਿ ਸਿਵਾਏ ਤਬਲੀਗ ਦੇ ਕਿਸੇ ਚੀਜ਼ ਦਾ ਹੋਰ ਦਾ ਪ੍ਰਚਾਰ ਨਹੀਂ ਹੋ ਸਕਦਾ ਸਿਵਾਏ ਇਸਲਾਮ ਦੇ ਕਿਸੇ ਹੋਰ ਗੱਲ ਦਾ ਪ੍ਰਚਾਰ ਨਹੀਂ ਹੋ ਸਕਦਾ ਉਸ ਵਕਤ 13 ਸਾਲ ਦੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਨੱਥਾ ਤੇ ਟਾ ਜਿਹੜੇ ਅਬਦੱਲਾ ਢਾਡੀ ਸਣ ਉਹਨਾਂ ਨੇ ਪੜਿਆ ਪੱਗ ਤੇਰੀ ਕੇ ਜਹਾਂਗੀਰ ਦੀ ਔਰ ਇਹ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਦੀ ਸਿਰਜਣਾ ਉੱਥੇ ਗੁਰੂ ਸਾਹਿਬ ਨੇ ਕਿਹਾ ਇੱਥੇ ਚੰਗੀ ਜਵਾਨੀ ਚੰਗੇ ਘੋੜੇ ਔਰ ਚੰਗੇ ਸ਼ਸਤਰ ਲਿਆਏ ਜਾਣ ਇੱਥੇ ਮਾਇਆ ਦੀ ਗੱਲ ਨਹੀਂ ਕੀਤੀ ਗਈ ਔਰ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਨੇ ਸ਼ਸਤਰ ਰੱਖੇ ਔਰ ਸ਼ਸਤਰ ਤਾਰੀ ਰੱਖੇ ਇਸ ਜਗ੍ਹਾ ਦੇ ਉੱਤੇ ਹਥਿਆਰ ਰੱਖੇ ਗਏ ਔਰ ਗੁਰੂ ਸਾਹਿਬ ਨੇ ਐਲਾਨ ਕੀਤਾ ਕਿ ਅੰਦਰ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਕੋਈ ਤਾਕਤ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਗਿਰਾ ਕੇ ਹੀ ਲੰਘ ਸਕਦਾ ਹੈ ਇਹ ਜਿਹੜਾ ਇਤਿਹਾਸਕ ਇੱਕ ਸੰਦੇਸ਼ ਸੀ ਇੱਕ ਪੈਗਾਮ ਸੀ ਇੱਕ ਸਨੇਹਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਆਪਣੀ ਵੱਖਰੀ ਹੋਣਦ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ ਦਾ ਪੂਰਕ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਬਿਨਾ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਕੰਪਲੈਕਸ ਦੀ ਉਸ ਨੂੰ ਸੋਚਿਆ ਵੀ ਨਹੀਂ ਜਾ ਸਕਦਾ ਔਰ ਕੇਵਲ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਵੀ ਗੱਲ ਨਹੀਂ ਬਣਦੀ ਇਹ ਜਿਹੜਾ ਮੀਰੀ ਔਰ ਪੀਰੀ ਦਾ ਤਸੱਵਰ ਸੀ ਇਹ ਜਿਹੜਾ ਮੀਰੀ ਔਰ ਪੀਰੀ ਦਾ ਕਨਸੈਪਟ ਸੀ ਇਹ ਜਿਹੜਾ ਕਨਸੈਪਟ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਉੱਤੇ ਬੈਠ ਕੇ ਜਿਹੜਾ ਸੰਪੂਰਨ ਕੀਤਾ ਜਿਸ ਨੂੰ ਸ਼ਿਵਾਜੀ ਦੇ ਗੁਰੂ ਰਾਮਦਾਸ ਸਮਰੱਥ ਰਾਮਦਾਸ ਨੇ ਕਿਹਾ ਸੀ ਕਿ ਇਹ ਮੈਨੂੰ ਜੱਜ ਨਹੀਂ ਰਿਹਾ ਤਾਂ ਹਜ਼ੂਰ ਨੇ ਕਿਹਾ ਸੀ ਕਿ ਸ਼ਸਤਰ ਜਰਵਾਣੇ ਕੀ ਪਕਸ਼ਾ ਗਰੀਬ ਕੀ ਰੱਖਾ ਬਾਬਾ ਨਾਨਕ ਮਾਇਆ ਨਹੀਂ त्यागी थी ਮਾਇਆ ਕਾ ਮੋ त्यागਿਆ ਥਾ ਤਾਂ ਸਮਰੱਥ ਰਾਮਦਾਸ ਨੇ ਕਿਹਾ ਸੀ ਇਹ ਬਾਤ ਹਮਾਰੇ ਮਨ ਪਾਉਂਦੀ ਹੈ ਸਰੀਏ ਕਾਲ ਤੱਕ ਸਹਬ ਮੁੱਢ ਕਦੀਮ ਤੋਂ ਹੀ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਲਈ ਆਪਣਾ ਰੋਲ ਅਦਾ ਕਰਦਾ ਰਿਹਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਜੋ ਅਗਲੀ ਤਸਵੀਰ ਆਪ ਦੇਖ ਰਹੇ ਹੋ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਦੀ ਤਸਵੀਰ ਹੈ ਜਿਹੜੀ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜਿੱਥੇ ਨਿਰੋਲ 24 ਘੰਟੇ ਹਰ ਵੇਲੇ ਜਿੱਥੇ ਨਿਰੋਲ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਉੱਥੇ ਕੋਈ ਵਿਆਖਿਆ ਨਹੀਂ ਹੁੰਦੀ ਕੋਈ ਲੈਕਚਰ ਨਹੀਂ ਹੁੰਦਾ ਕੋਈ ਕਥਾ ਨਹੀਂ ਹੁੰਦੀ ਕਿਸੇ ਕਿਸਮ ਦਾ ਕੋਈ ਵਿਖਿਆਨ ਨਹੀਂ ਹੁੰਦਾ ਨਾ ਉੱਥੇ ਨਗਾਰਾ ਹੈ ਨਾ ਉੱਥੇ ਜੈਕਾਰਾ ਹੈ ਨਾ ਉੱਥੇ ਬੋਲੇ ਸੋ ਨਿਹਾਲ ਦਾ ਜੈਕਾਰਾ ਗਜਾਇਆ ਜਾਂਦਾ ਹੈ ਪਰ ਇਸ ਦੇ ਨਾਲ ਅਗਲੀ ਤਸਵੀਰ ਜੋ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਦਾ ਹਿੱਸਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਸਿੰਘਾਸਨ ਹੈ ਉਸ ਦੇ ਉੱਤੇ ਸ਼ਸਤਰ ਵਿਰਾਜਮਾਨ ਹਨ ਔਰ ਗੁਰੂ ਗ੍ਰੰਥ ਸਾਹਿਬ ਉੱਥੇ ਥੱਲੇ ਮੰਜੀ ਸਾਹਿਬ ਦੇ ਉੱਤੇ ਵਿਰਾਜਮਾਨ ਹੈ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸਨਮੁਖ ਥੋੜੇ ਐਂਗਲ ਦੇ ਉੱਤੇ ਬੜਾਇਆ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਕੇਵਲ ਸਿੱਖਾਂ ਦੇ ਲਈ ਨਹੀਂ ਜਦੋਂ-ਜਦੋਂ ਵੀ ਹਿੰਦੁਸਤਾਨ ਦੇ ਉੱਤੇ ਜਦੋਂ ਇਸ ਭਾਰਤ ਦੇ ਉੱਤੇ ਜਦੋਂ ਭਾਰਤ ਵਾਸੀਆਂ ਦੇ ਉੱਤੇ ਜਦੋਂ ਇਨਸਾਨੀਅਤ ਦੇ ਉੱਤੇ ਜਦੋਂ ਵੀ ਕੋਈ ਤਸ਼ੱਦਦ ਹੋਇਆ ਜਦੋਂ ਵੀ ਕੋਈ ਹਨੇਰੀ ਝੁੱਲੀ ਤਾਂ ਸ੍ਰੀ ਅਕਾਲ ਤਖਤ ਸਾਹਿਬ ਨੇ ਆਪਣਾ ਰੋਲ ਅਦਾ ਕੀਤਾ ਅਹਿਮਦ ਸ਼ਾ ਅਫਦਾਲੀ ਦੇ ਹਮਲਿਆਂ ਵੇਲੇ ਉਧਰੋਂ ਰਸਤਾ ਬੰਦ ਕਰਨ ਦਾ ਨਿਰਣਾ ਵੀ ਇਸੇ ਸਥਾਨ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਲਿਆ ਗਿਆ ਤਾਂ ਕਿ ਹਿੰਦੁਸਤਾਨ ਦੇ ਉੱਤੇ ਹੋ ਰਹੇ ਉਹ ਹਮਲੇ ਉਹਨਾਂ ਨੂੰ ਰੋਕਿਆ ਗਿਆ ਇਸੇ ਸਥਾਨ ਤੋਂ ਇਹ ਨਿਰਣਾ ਕੀਤਾ ਗਿਆ ਕਿ ਲਾਹੌਰ ਦੇ ਉੱਤੇ ਕਬਜ਼ਾ ਕਰਕੇ ਪੰਜਾਬ ਨੂੰ ਅਫਗਾਨਿਸਤਾਨ ਦਾ ਹਿੱਸਾ ਨਹੀਂ ਬਣਨ ਦਾ ਫੈਸਲਾ ਵੀ ਜਿਹੜਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਲਿਆ ਗਿਆ। ਇਸੇ ਅਸਥਾਨ ਦੇ ਉੱਤੇ ਕਸੂਰ ਦੇ ਬ੍ਰਾਹਮਣ ਦੀ ਉਸ ਲੜਕੀ ਨੂੰ ਇਸੇ ਅਸਥਾਨ ਤੋਂ ਗਿਰਣਾ ਕਰਕੇ ਸ਼ਹਾਦਤ ਦੇ ਕੇ ਛੁਡਾ ਕੇ ਲਿਆਂਦਾ ਗਿਆ। ਇਸੇ ਅਸਥਾਨ ਤੋਂ ਪਠਾਨਾਂ ਦੇ ਉੱਤੇ ਜੇਕਰ ਹਮਲਾ ਹੋਇਆ ਤਾਂ ਲਾਲ ਕੁੜਤੀ ਮੂਵਮੈਂਟ ਇਥੋਂ ਹੀ ਜਥੇ ਗਏ ਗੁਰੂ ਕੇ ਬਾਗ ਲਈ ਇਥੋਂ ਜਥੇ ਗਏ ਸਾਰੇ ਜਥੇ ਸਾਰੀ ਕਾਰਵਾਈ ਇਸੇ ਸਥਾਨ ਤੋਂ ਹੁੰਦੀ ਰਹੀ ਇਸੇ ਸਥਾਨ ਦੇ ਉੱਤੇ ਕਾਂਗਰਸ ਦੇਵੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਲੀਡਰ ਵੀ ਪਹੁੰਚਦੇ ਰਹੇ ਇਸੇ ਸਥਾਨ ਦੇ ਉੱਤੇ ਹੀ ਜਦੋਂ ਅੰਗਰੇਜ਼ਾਂ ਨੇ ਤੌਸ਼ੇਖਾਨੇ ਦੀਆਂ ਚਾਬੀਆਂ ਵਾਪਸ ਕੀਤੀਆਂ ਸਨ ਤਾਂ ਮਹਾਤਮਾ ਗਾਂਧੀ ਨੇ ਪ੍ਰਧਾਨ ਬਾਬਾ ਖੜਕ ਸਿੰਘ ਜੀ ਨੂੰ ਉਸ ਵੇਲੇ ਟੈਲੀਗ੍ਰਾਮ ਭੇਜੀ ਸੀ ਫਰਸਟ ਡਿਸਾਈਸਿਵ ਬੈਟਲ ਆਫ ਕੰਟਰੀਜ਼ ਫਰੀडम 1 ਮੂਡ ਕਦੀਮ ਤੋਂ ਹੀ ਸਰਕਾਰ ਨੂੰ ਸ੍ਰੀ ਅਕਾਲ ਤਖਸਾਲਬ ਦਾ ਉਹ ਰੋਲ ਅੱਛਾ ਨਹੀਂ ਲੱਗਾ ਇਹ ਜਿਹੜਾ ਮੀਰੀ ਔਰ ਪੀਰੀ ਦਾ ਕਨਸੈਪਟ ਸੀ ਹਰ ਸਰਕਾਰ ਇਹ ਕਹਿੰਦੀ ਰਹੀ ਕਿ ਅਸੀਂ ਧਰਮ ਤੇ ਰਾਜਨੀਤੀ ਨੂੰ ਵੱਖ ਕਰ ਦੇਾਂਗੇ ਪਰ ਕੁਝ ਇਸ ਨੂੰ ਜ਼ਬਰਦਸਤੀ ਬੰਦ ਕਰਨਾ ਚਾਹੁੰਦੇ ਸਨ ਔਰ ਕੁਝ ਧਰਮ ਨੂੰ ਰਾਜਨੀਤੀ ਲਈ ਵਰਤ ਕੇ ਉਸ ਦਾ ਇਸਤੇਮਾਲ ਕਰਕੇ ਉਸ ਅਸੂਲ ਨੂੰ ਗੰਦਲਾ ਕਰਨਾ ਚਾਹਦੇ ਸਨ ਸਰੀ ਅਕਾਲ ਤੱਕ ਸਾਹਿਬ ਉਹ ਪਾਵਨ ਸਥਾਨ ਹੈ ਜਿਸ ਸਥਾਨ ਦੇ ਉੱਤੇ ਹਾਜੀ ਮਸਕੀਨ ਉਹ ਨੌ ਮਣ ਸੋਨ ਜਿਹੜਾ ਚੰਦਨ ਦਾ ਚੌਰ ਲੈ ਕੇ ਪੇਸ਼ ਹੋਏ ਸਨ ਇਹ ਉਹ ਸਥਾਨ ਹੈ ਜਿੱਥੇ ਹਰ ਕੋਈ ਇਨਸਾਨੀਅਤ ਦਾ ਅੰਬਰਦਾਰ ਉਸੇਜਦਾ ਕਰਦਾ ਕਾਰਨ ਜੋ ਵੀ ਹੋਏ ਕਾਰਨ ਜਿਹੜਾ ਵੀ ਹੋਏ ਕਾਰਨ ਕੁਝ ਵੀ ਹੋਏ ਪਰ ਜੋ ਕੁਝ 25 ਸਾਲ ਪਹਿਲੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਔਰ ਸ੍ਰੀ ਅਕਾਲ ਤਖਤ ਸਾਹਿਬ ਨਾਲ ਵਾਪਰੇਆ ਉਹ ਦੁਨੀਆ ਦੇ ਇਤਿਹਾਸ ਵਿੱਚ ਅਮਿਟ ਹੈ ਉਹ ਨਹੀਂ ਭੁਲਾਇਆ ਜਾ ਸਕਦਾ ਲਮਹੋਂ ਨੇ ਖਤਾ ਕੀਤੀ ਹੈ ਸਦੀਆਂ ਨੇ ਸਜ਼ਾ ਪਾਈ ਹੈ ਇਹ ਉਹ ਇਤਿਹਾਸ ਦਾ ਉਹ ਕੱਲੂਖਾਰਾ ਹੈ ਉਹ ਸਾਕਾ ਹੈ ਜਿਸ ਨੂੰ ਕਿਸੇ ਕੀਮਤ ਦੇ ਉੱਤੇ ਕੋਈ ਵੀ ਨਹੀਂ ਪੁਲਾ ਸਕਦਾ ਪਰ ਉਸ ਤੋਂ ਜ਼ਿਆਦਾ ਅਫਸੋਸਨਾਕ ਪੁਲਾਣਾ ਜਾਂ ਪੁਲਾਣ ਦੀ ਰਾਹੇ ਦੇਣੀ ਜਾਂ ਉਸ ਨੂੰ ਚੇਤੇ ਨਾ ਕਰਨਾ ਜਾਂ ਉਸ ਯਾਦ ਦੇ ਦਿਨ ਨੂੰ ਵੀ ਦਰਕਿਨਾਰ ਕਰ ਦੇਣਾ ਇਹ ਰਾਜਨੀਤਿਕ ਮਜਬੂਰੀਆਂ ਹੋ ਸਕਦੀਆਂ ਹਨ ਪਰ ਵੇਖਣ ਵਾਲੀ ਗੱਲ ਇਹ ਹੈ ਕਿ ਕੁਸ ਕਾਂਡ ਵਿੱਚ ਜੋ ਕੁਝ ਵਾਪਰੇ ਆ ਇਕ ਆਮ ਸ਼ਰਦਾਲੂ ਦੇ ਰੂਪ ਵਿੱਚ ਇਹ ਪ੍ਰੋਗਰਾਮ ਪੇਸ਼ ਕਰਦੇ ਆਂ ਇੱਕ ਸਧਾਰਨ ਸ਼ਰਦਾਲੂ ਦੇ ਨਜ਼ਰੀਏ ਤੋਂ ਉਸ ਬੀਤੇ ਹੋਏ ਕਾਂਡ ਨੂੰ ਯਾਦ ਕਰਦੇ ਆਂ ਉਸ ਵਾਪਰੇ ਹੋਏ ਦੁਖਾਂਤ ਨੂੰ ਯਾਦ ਕਰਦੇ ਆਂ ਕਿ ਆਮ ਸਿੱਖ ਦਾ ਹੱਕ ਨਹੀਂ ਕਿ ਆਮ ਪੰਜਾਬੀ ਦਾ ਕਿ ਆਮ ਇਨਸਾਨ ਦਾ ਹੱਕ ਨਹੀਂ ਕਿ ਉਹ ਜਾਣਨਾ ਚਾਹੇ ਕਿ ਹੋਇਆ ਕੀ ਸੀ ਇੱਕ ਪਾਸੇ ਸੱਚ ਦੇ ਅਲੰਬਰਦਾਰ ਅਸੀਂ ਆਪਣੇ ਆਪ ਨੂੰ ਕਹਿ ਰਹੇ ਆਂ ਇੱਕ ਪਾਸੇ ਸੱਤੇ ਮੇਵ ਜੈਤੇ ਦਾ ਨਾਰਾ ਦੇ ਰਹੇ ਹਾਂ ਪਰ ਅਸੀਂ ਉਸ ਬਾਰੇ ਗੱਲ ਵੀ ਨਹੀਂ ਕਰਨਾ ਚਾਹੁੰਦੇ ਕਿ ਉਹ ਕੰਡ ਉਸ ਦੇ ਵਿੱਚ ਹੋਇਆ ਕੀ ਸੀ ਅਗਲੀ ਜਿਹੜੀ ਤਸਵੀਰ ਹੈ ਜਿਹੜੀ ਸਾਡੇ ਸਾਹਮਣੇ ਹੈ ਇਹ ਅਕਾਲ ਤਖਤ ਸਾਹਿਬ ਦੀ ਉਹ ਤਸਵੀਰ ਹੈ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਉਹਨਾਂ ਸ਼ਸਤਰਾਂ ਦੇ ਦਰਸ਼ਨ ਕਰਵਾ ਰਹੀ ਹੈ ਇਸ ਤੋਂ ਅਗਲੀ ਤਸਵੀਰ ਇਹ ਉਹ ਕੰਪਲੈਕਸ ਹੈ ਇਸ ਦੇ ਵਿੱਚ ਆਪ ਵੇਖੋਗੇ ਇੱਕ ਨਗੀਨੇ ਦੀ ਤਰ੍ਹਾਂ ਉਸ ਪਾਵਨ ਸਰੋਵਰ ਦੇ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਹੈ ਔਰ ਉਸ ਦੇ ਸਾਹਮਣੇ ਦਰਸ਼ਨੀ ਦਿਓੜੀ ਦੇ ਬਾਅਦ ਥੋੜਾ ਟੇਡਾ ਹੈ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੀ ਉਹ ਪਾਵਨ ਇਮਾਰਤ ਹੈ ਪਰ ਇਹ ਇਮਾਰਤ ਦਾ ਨਕਸ਼ਾ ਇਸ ਦਾ ਐਂਗਲ ਉਹ ਟੇਡਾ ਹੈ ਉਹ ਸਿੱਧਾ ਨਹੀਂ ਹੈ ਮਕਸਦ ਇਹ ਹੈ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਬੈਠਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਜ਼ਰ ਆਏਗਾ ਉਹ ਰਾਜਨੀਤੀ ਦੀ ਗੱਲ ਕਰਦੇ ਆ ਧਰਮ ਸਾਹਮਣੇ ਹੋਏਗਾ ਧਰਮ ਸੰਮੁਖ ਹੋਏਗਾ ਪਰ ਜਦੋਂ ਧਾਰਮਿਕ ਸਥਾਨ ਤੇ ਬੈਠਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਬੈਠਿਆ ਸ੍ਰੀ ਅਕਾਲ ਤਖਤ ਸਾਹਿਬ ਨਜ਼ਰੀ ਨਹੀਂ ਆਏਗਾ ਇਸ ਤੋਂ ਅਗਲੀ ਤਸਵੀਰ ਵੀ ਜੋ ਹੈ ਉਹ ਵੀ ਆਪ ਦੇਖੋਗੇ ਉਹ ਵੀ ਇਸੇ ਨਕਸ਼ੇ ਨੂੰ ਹੀ ਦਸਾ ਰਹੀ ਹੈ ਕਿ ਸੰਗੜੀ ਆਬਾਦੀ ਦੇ ਵਿੱਚ ਕਿਸ ਢੰਗ ਦੇ ਨਾਲ ਇਹ ਨਕਸ਼ਾ ਹੈ ਅਗਲੀ ਤਸਵੀਰ ਇਸ ਪਾਵਨ ਸਥਾਨ ਦੇ ਉੱਤੇ ਕਿਸ ਕਿਸਮ ਦੇ ਲੋਕ ਹਨ ਕਿਸ ਕਿਸਮ ਦੇ ਸ਼ਰਧਾਵਾਨ ਆਉਂਦੇ ਹਨ ਇਹ ਸ਼ਰਧਾਵਾਨ ਕੌਣ ਹਨ ਇਹ ਸਧਾਰਨ ਹਨ ਆਮ ਸਿੱਖ ਹਨ ਇਹ ਜਿਹੜੀ ਤਸਵੀਰ ਆਪਨੇ ਹੁਣੇ ਦੇਖੀ ਹੈ ਇਹ 1923 ਦੇ ਵਿੱਚ ਕੀਤੀ ਗਈ ਕਾਰ ਸੇਵਾ ਦੀ ਹੈ ਅੱਜ ਤੋਂ तकरीबन 85 ਸਾਲ ਪਹਿਲੇ ਉਸ ਵੇਲੇ ਵੀ ਸੰਗਤ ਦਾ ਠਾਠਾ ਮਾਰਦਾ ਇਹ ਹੜ ਆਪ ਦੇਖ ਰਹੇ ਹੋ ਹਰਮੰਦਰ ਸਾਹਿਬ ਦੇ ਨਾਂ ਦੇ ਉੱਤੇ ਜਦੋਂ ਵੀ ਕੋਈ ਆਵਾਜ਼ ਪੈਂਦੀ ਹੈ ਹਰ ਕੋਈ ਸ਼ਰਧਾਵਾਨ ਬਾਹੋ ਦਾਹੀ ਉਸ ਵੱਲ ਦੌੜ ਉੱਠਦਾ ਹੈ ਇਸ ਤੋਂ ਅਗਲੀ ਤਸਵੀਰ ਆਪ ਦੇਖ ਰਹੇ ਹੋ ਇਹ ਉਹ ਸਧਾਰਨ ਲੋਕ ਹਨ ਇਹ ਉਹ ਸ਼ਰਧਾਵਾਨ ਹਨ ਜਿਹੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ 25 ਸਾਲ ਪਹਿਲੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਦੇ ਉੱਤੇ ਵਾਪਰੇ ਉਸ ਖੂਨੀ ਕਾਂਡ ਦੇ ਵਿੱਚ ਐਸੀਆਂ ਹੀ ਸੰਗਤਾਂ ਦਾ ਇਕੱਠ ਸੀ ਉਹ ਹਜੂਮ ਸੀ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਇੱਕ ਪਾਸੇ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਜਿਹੜਾ ਸ਼ਰਮਣੀ ਅਕਾਲੀ ਦਲ ਦੇ ਲਗਾਇਆ ਹੋਇਆ ਸੀ ਕੁਝ ਮੰਗਾਂ ਨੂੰ ਲੈ ਕੇ ਕੁਝ ਨਿਗੂਣੀਆਂ ਜੀਆਂ ਮੰਗਾਂ ਨੂੰ ਲੈ ਕੇ ਜਣੀਆਂ ਮੰਗਾਂ ਬੜੀਆਂ ਦੇਖੀਆਂ ਜਾਣ ਅਗਰ ਅਸੀਂ ਪਿਛੋਕੜ ਵਿੱਚ ਦੇਖੀਏ ਤਾਂ ਸਾਨੂੰ ਬੜੀਆਂ ਹਾਸੋਹੀਣੀਆਂ ਲੱਗਣਗੀਆਂ ਕਿ ਕੀ ਇਤਨੀ ਛੋਟੀ ਜੀ ਮੰਗ ਲਈ ਵੀ ਜੇਕਰ ਸਾਨੂੰ ਐਡਾ ਵੱਡਾ ਮੋਰਚਾ ਲਾਣਾ ਪਵੇ ਤਾਂ ਜ਼ਰੂਰ ਕੋਈ ਨਾ ਕੋਈ ਕਮੀ ਹੈ ਜ਼ਰੂਰ ਇਸ ਦੇ ਪਿੱਛੇ ਕੋਈ ਗੱਲ ਹੈ ਉਹ 25 ਸਾਲ ਪਹਿਲੇ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਾਵਨ ਗੁਰਪੁਰਪ ਸੀ ਸ਼ਹੀਦੀ ਗੁਰਪੁਰਪ ਸੀ ਦੂਸਰੇ ਪਾਸੇ ਜਦੋਂ ਉੱਥੇ ਮੋਰਚਾ ਲੱਗਾ ਸੀ ਪਿੰਡਾਂ 'ਚ ਜਦੋਂ ਸੰਗਤ ਆਈ ਹੋਈ ਸੀ ਔਰ ਕੁਝ ਦਿਨ ਪਹਿਲਾਂ ਸਰਕਾਰ ਵੱਲੋਂ ਪਾਰਲੀਮੈਂਟ 'ਚ ਅਨਾਉਂਸਮੈਂਟ ਕੀਤੀ ਗਈ ਕਿ ਸਾਡਾ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਣ ਦਾ ਕੋਈ ਇਰਾਦਾ ਨਹੀਂ ਉਸ ਤੋਂ ਇੱਕ ਦਿਨ ਪਹਿਲੇ ਸਰਕਾਰ ਵੱਲੋਂ ਟੀਵੀ ਦੇ ਉੱਤੇ ਐਨਾਨਸਮੈਂਟ ਕੀਤੀ ਗਈ ਕਿ ਆਓ ਅਸੀਂ ਖੂਨ ਨਾ ਵਹਾਈਏ ਉਹ ਸੰਗਤ ਦਾ ਇਕੱਠ ਹੋਣ ਦਿੱਤਾ ਗਿਆ ਅਗਲੀ ਤਸਵੀਰ ਇਹ ਉਸ ਸ਼ਰਦਾ ਦੀ ਆਪ ਦੇਖ ਰਹੇ ਹੋ ਕਿ ਜਿਵੇਂ ਕਾਰ ਸੇਵਾ ਦੇ ਦੌਰਾਨ ਕਿਵੇਂ ਦੋ ਨੌਜਵਾਨ ਘੋੜੀ ਦੇ ਰੂਪ ਵਿੱਚ ਬਣ ਕੇ ਉੱਥੇ ਹਨ ਤਾਂ ਕਿ ਸੰਗਤ ਉਹਨਾਂ ਦੇ ਉੱਤੋਂ ਲੰਘ ਜਾਏ ਇਹ ਜੋ ਸਤਕਾਰ ਯੋਗ ਸਥਾਨ ਸੀ ਇਸ ਦੇ ਉੱਤੇ उस दिन की वापरिया किस ढंग वापरिया क्यों वापरिया बारे असी चर्चा कर रहे हाँ एक छोटा जा ब्रेक लवाने उस तो बाद असी फिर तुम अर्चा आरंभा वक्फे तो बाद ਆਪ ਦਾ ਮਰ ਸਵਾਗਤ ਹੈ ਅਸੀਂ ਇਹ ਪ੍ਰੋਗਰਾਮ ਕਿਸੇ ਰਾਜਨੀਤਿਕ ਨਜ਼ਰੀਏ ਤੋਂ ਨਹੀਂ ਬਲਕਿ ਸ਼ਰਦਾਲੂ ਦੇ ਨਜ਼ਰੀਏ ਤੋਂ ਉਸ ਕਾਰਨ ਨੂੰ ਅਸੀਂ ਯਾਦ ਕਰ ਰਹੇ ਹਾਂ ਉਹਨਾਂ ਸ਼ਹੀਦਾਂ ਨੂੰ ਸ਼ਰਦਾਂਜਲੀ ਦੇ ਰਹੇ ਹਾਂ ਦਰਅਸਲ ਜਾਪਦਾ ਹੈ ਜਿਹੜੀ ਗੱਲ ਇਹੀ ਗਈ ਸੀ ਕਿ ਮੀਰੀ ਔਰ ਪੀਰੀ ਜਿਹੜੀ ਧਰਮ ਤੇ ਰਾਜਨੀਤੀ ਨੂੰ ਵੱਖ ਕਰ ਦੇਣਾ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜਾ ਮੋਰਚਾ ਲਾਇਆ ਸੀ ਇਸ ਸਾਕੇ ਨੇ ਇਸ ਕਾਰਵਾਈ ਨੇ ਉਸ ਮੋਰਚੇ ਨੂੰ ਨਾ ਕੇਵਲ ਖਤਮ ਕੀਤਾ ਬਲਕਿ ਪੂਰੀ ਤਰ੍ਹਾਂ ਸਮਾਪਤ ਕਰ ਦਿੱਤਾ ਨਾ ਕੇਵਲ ਮੋਰਚੇ ਨੂੰ ਸਮਾਪਤ ਕਰ ਦਿੱਤਾ ਬਲਕਿ ਅਕਾਲੀ ਦਲ ਨੇ ਆਪਣੀ ਉਹ ਹੋਂਦ ਵੀ ਸਮਾਪਤ ਕਰ ਦਿੱਤੀ ਜਿਹੜੀ ਕਿ ਪੰਥ ਔਰ ਪੰਥਕ ਜਮਾਤ ਦੇ ਰੂਪ ਵਿੱਚ ਸੀ ਫੇਦੇ ਬਾਅਦ ਇਸ ਸਾਕੇ ਦੇ ਬਾਅਦ ਇੱਕ ਧਾਲਮ ਕਮੇਟੀ ਬਣਾਈ ਗਈ ਤਾਂ ਕਿ ਗੁਰਦੁਆਰਾ ਐਕਟ ਦਾ ਦੁਬਾਰਾ ਖਰੜਾ ਤਿਆਰ ਕੀਤਾ ਜਾਏਗਾ। ਅਗਰ ਉਸ ਚੀਜ਼ ਦੀ ਅਗਰ ਉਸ ਧਾਲਮ ਕਮੇਟੀ ਦੀ ਸਿਫਾਰਿਸ਼ ਨੂੰ ਦੇਖੀਏ ਤਾਂ ਸ਼ਾਇਦ ਕਈ ਭਲੇਖੇ ਦੂਰ ਹੋ ਜਾਣਗੇ। ਧਾਲਮ ਕਮੇਟੀ ਨੇ ਕਿਹਾ ਕਿ ਲੋੜ ਹੈ ਗੁਰਦੁਆਰਿਆਂ ਦੇ ਸੈਕੂਲਰਾਈਜੇਸ਼ਨ ਕਰਨ ਦੀ। ਕੀ ਗੁਰਦੁਆਰਾ ਵੀ ਸੈਕੂਲਰ ਹੁੰਦਾ ਹੈ? ਕੀ ਹਰਮੰਦਰ ਸਾਹਿਬ ਦੇ ਵਿੱਚ ਕਿਸੇ ਨਾਲ ਵਿਤਕਰਾ ਹੈ? ਦਰਅਸਲ ਇਸ ਦਾ ਮਤਲਬ ਇਹ ਹੈ ਕਿ ਗੁਰਦੁਆਰਾ ਸਾਹਿਬਾਨ ਦਾ ਜੋ ਸਰੂਪ ਹੈ ਜਿਹੜਾ ਸਰੂਪ ਅਸੀਂ ਆਪਣੇ ਰਾਜਨੀਤਿਕ ਵਿਅਕਤੀਆਂ ਨੇ ਆਪਣਾ ਸਰੂਪ ਬਣਾ ਲਿਆ ਹੈ ਜਿਹੜਾ ਰਾਜਨੀਤਿਕ ਦਲਾਂ ਨੇ ਆਪਣਾ ਸਰੂਪ ਬਣਾ ਲਿਆ ਹੈ ਕਰਮ ਵਿਹੀਣ ਹੋਣ ਦਾ ਕੀ ਉਹੀ ਸਰੂਪ ਉਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਹੋਰ ਗੁਰਦੁਆਰਾ ਸਾਹਿਬਾਨ ਦਾ ਬਣਾਉਣਾ ਚਾਹੁੰਦੇ ਹਨ ਅਗਲੀ ਤਸਵੀਰ ਜਿਹੜੀ ਆਪ ਦੇਖ ਰਹੇ ਹੋ ਇਹ ਤਸਵੀਰ ਨਾ ਕੇਵਲ ਇਹ ਹਰਮੰਦਰ ਸਾਹਿਬ ਦੇ ਵਿੱਚ ਲਗਾਈਆਂ ਗਈਆਂ ਉਹਨਾਂ ਹਜ਼ਾਰਾਂ ਪੜੀਆਂ ਦੀ ਹੈ ਜਿਸ ਦੇ ਵਿੱਚ ਫੌਜੀ ਵੀ ਉਹਨਾਂ ਮਹਾਨ ਸੂਰਬੀਰ ਯੋਧਿਆਂ ਦੀ ਉਹਨਾਂ ਫੌਜੀਆਂ ਦੇ ਨਾਮ ਜਿਨ੍ਹਾਂ ਨੇ ਪਹਿਲੀ ਜੰਗ ਦੇ ਵਿੱਚ ਪਹਿਲੀ ਆਲਮੀ ਜੰਗ ਫਰਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਉਸ ਦੇ ਬਾਅਦ 1947 ਦੀ ਜੰਗ 1965 ਦੀ ਜੰਗ 1971 ਦੀ ਜੰਗ ਜਿਨ੍ਹਾਂ ਨੇ ਮਾਰ ਕੇ ਬਾਰੇ ਉਹਨਾਂ ਸਾਰਿਆਂ ਦੇ ਉਸਦੇ ਤੇ ਨਾਮ ਹਨ ਉਹਨਾਂ ਰਜਮਟਾਂ ਦੇ ਨਾਮ ਹਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੇਵਲੇ ਇਕਬਾਦਤਗਾ ਨਹੀਂ ਸੀ ਕੇਵਲ ਇੱਕ ਧਾਰਮਿਕ ਸਥਾਨ ਨਹੀਂ ਸੀ ਇਹ ਤਾਂ ਸੰਪੂਰਨਤਾ ਦਾ ਇਨਸਾਨ ਦੀ ਸੰਪੂਰਨਤਾ ਦਾ ਜਿਹੜਾ ਸੰਕਲਪ ਗੁਰੂ ਸਾਹਿਬ ਨੇ ਸੰਤ ਸਿਪਾਹੀ ਦਾ ਸੰਕਲਪ ਦਿੱਤਾ ਜਿਹੜਾ ਮੀਰੀ ਪੀਰੀ ਦਾ ਸੰਕਲਪ ਦਿੱਤਾ ਉਸ ਦਾ ਇਹ ਇੱਕ ਕਿਸਮ ਦਾ ਆਈਕਨ ਸੀ ਔਰ ਇਸ ਤੋਂ ਸਾਰੇ ਰਾਜਨੀਤਿਕ ਫੈਸਲੇ ਵੀ ਇਸੇ ਸਥਾਨ ਤੋਂ ਕੀਤੇ ਗਏ ਅਗਲੀ ਤਸਵੀਰ ਆਪ ਦੇਖ ਰਹੇ ਹੋ ਇਹ ਪੰਡਤ ਜਵਾਹਰ ਲਾਲ ਨਹਿਰੂ ਸਿਰਿਆ ਕਾਲ ਤੱਕ ਸਾਹਬ ਦੇ ਰੂਬਰੂ ਹਨ ਜਿਸ ਸਥਾਨ ਦੇ ਉੱਤੇ ਉਹ ਖੁਦ ਨਤਬਸਤਕ ਹੁੰਦੇ ਰਹੇ ਕੈਸੀ ਵਿਡੰਬਨਾ ਹੈ ਕਿ ਉਸ ਦੀ ਉੱਤੇ ਹੀ ਇਹ ਫੌਜੀ ਕਾਰਵਾਈ ਕੀਤੀ ਗਈ ਅਗਲੀ ਤਸਵੀਰ ਜਿਹੜੀ ਆਪ ਦੇਖ ਰਹੇ ਹੋ ਇਹ ਤਸਵੀਰ ਉਸ ਸਥਾਨ ਦੀ ਹੈ ਜਿਹੜੀ ਕਿ ਕੜਾ ਪ੍ਰਸ਼ਾਦ ਜਿੱਥੇ ਵਰਤਾਂਦਾ ਹੈ ਜਿੱਥੇ ਮਿਲਦਾ ਹੈ ਉਸ ਸਥਾਨ ਦੇ ਉੱਤੇ ਕਿਸ ਢੰਗ ਦੇ ਨਾਲ ਕਿਸ ਪੈਮਾਨੇ ਦੇ ਉੱਤੇ ਉੱਥੇ ਤਬਾਹੀ ਹੋਈ ਹੋਏਗੀ ਇਹ ਆਪ ਦੇਖ ਸਕਦੇ ਹੋ ਇਸ ਤੋਂ ਅਗਲੀ ਤਸਵੀਰ ਵਿੱਚ ਵੀ ਆਪ ਉਹ ਕੁਝ ਮੰਜ਼ਰ ਵੇਖੋਗੇ ਇਹ ਸਰਾ ਦਾ ਇੱਕ ਮੰਜ਼ਰ ਹੈ ਜਿੱਥੇ ਯਾਤਰੂ ਸਨ ਇਸ ਤੋਂ ਅਗਲੀ ਤਸਵੀਰ ਵੀ ਕਿਸੇ ਹੋਰ ਕਮਰੇ ਦੀ ਹੈ ਜਿੱਥੇ ਯਾਤਰੂਆਂ ਦਾ ਸਮਾਨ ਹੁੰਦਾ ਹੈ ਇਸ ਤੋਂ ਅਗਲੀ ਤਸਵੀਰ ਵੀ ਐਸਾ ਹੀ ਬਿਆਨ ਕਰ ਰਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਇੱਕ ਹਿੱਸਾ ਹੈ ਜਿਹੜਾ ਅਜੇ ਨਿਸ਼ਾਨੀ ਦੇ ਤੌਰ ਦੇ ਉੱਤੇ ਸ਼ਾਇਦ ਰੱਖ ਲਿਆ ਗਿਆ ਹੈ ਇਹ ਜੋ ਜਗ੍ਹਾ ਹੈ ਜੋ ਜਿਸ ਨੂੰ ਅਜੇ ਰਿਪੇਅਰ ਨਹੀਂ ਕੀਤਾ ਗਿਆ ਜਲੀਆਂ ਵਾਲੇ ਬਾਗ ਉੱਥੇ ਉਹ ਸਾਰੇ ਨਿਸ਼ਾਨ ਸਾਂਭ ਕੇ ਰੱਖੇ ਹਨ ਪਰ ਅਸੀਂ ਸਾਰੇ ਦੇ ਸਾਰੇ ਉਸ ਨੂੰ ਸੁੰਦਰ ਕਰਨ ਦੇ ਸੁੰਦਰੀ ਕਰਨ ਦੇ ਨਾਮ ਦੇ ਉੱਤੇ ਉਹ ਹਰ ਨਿਸ਼ਾਨੀ ਬਿਟਾ ਦਿੱਤੀ ਗਈ ਹੈ ਇਸ ਤੋਂ ਅਗਲੀ ਤਸਵੀਰ ਜਿਹੜੀ ਆਪ ਦੇਖ ਰਹੇ ਹੋ ਇਹ ਉਹ ਨਿਸ਼ਾਨੀ ਹੈ ਜਿਹੜੀਆਂ ਕਿ ਹਰਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਲੱਗੇ ਹੋਏ ਬੁਲੇਟ ਮਾਰਕਸ ਹਨ ਔਰ ਇਹ ਕਿਹਾ ਗਿਆ ਹੈ ਵਾਈਟ ਪੇਪਰ ਵਿੱਚ ਕਿ ਹਦਾਇਤ ਦਿੱਤੀ ਗਈ ਸੀ ਕਿ ਕਿਸੇ ਇਮਾਰਤ ਨੂੰ ਬਿਲਕੁਲ ਕੋਈ ਨੁਕਸਾਨ ਨਹੀਂ ਪਹੁੰਚੇ ਇਸ ਸਖਤ ਹਦਾਇਤ ਦਿੱਤੀ ਗਈ ਹੈ ਇਸ ਤੋਂ ਅਗਲੀ ਤਸਵੀਰ ਇਹ ਬਹੁਤ ਅਹਿਮ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਉਹ ਗੁੰਬਦ ਹੈ ਜਿਹੜਾ ਕਿ ਜਿਸ ਨੂੰ ਗੁਰਹਰਗਬਿੰਦ ਸਾਹਿਬ ਦੀ ਦਸਤਾਰ ਕਿਹਾ ਜਾ ਸਕਦਾ ਹੈ ਇਹ ਸਰੀਏ ਕਾਲ ਤੱਕ ਸਾਹਿਬ ਦਾ ਉਹ ਪਾਵਨ ਗੁੰਬਦ ਹੈ ਜਿਹੜੀ ਕਾਰਵਾਈ ਕੀਤੀ ਗਈ ਸੀ ਇੱਕ ਅਹਿਮ ਘਟਨਾ ਦਾ ਜ਼ਿਕਰ ਜ਼ਰੂਰੀ ਹੈ ਲੇਰੀ ਕੋਲਿੰਸ ਨੇ ਆਪਣੀ ਕਿਤਾਬ ਫਰੀडम ਐਟ ਮਿਡਨਾਈਟ ਵਿੱਚ ਲਿਖਿਆ ਹੈ ਔਰ ਹੋਰ ਵੀ ਕਈਆਂ ਨੇ ਜ਼ਿਕਰ ਕੀਤਾ ਹੈ ਕਿ 1947 ਦੇ ਵਿੱਚ ਮੁਸਲਮ ਲੀਗ ਦੇ ਲੀਡਰ ਇਕੱਠੇ ਹੋ ਕੇ ਗਵਰਨਰ ਜਨਰਲ ਲਾਰਡ ਬਾਉਂਟ ਬੈਟਰਨ ਦੇ ਕੋਲ ਗਏ ਸਨ। ਔਰ ਉਸ ਨੂੰ ਕਹਿਣ ਲੱਗੇ ਕਿ ਤੁਹਾਨੂੰ ਪਤਾ ਹੈ ਕਿ ਮਾਸਟਰ ਤਾਰਾ ਸਿੰਘ ਨੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਨੂੰ ਕਤਲ ਕਰ ਦੇਣ ਦੀ ਸਾਜ਼ਿਸ਼ ਬਣਾਈ ਹੈ। ਤਾਂ ਬਾਉਂਟ ਬੈਟਰਨ ਨੇ ਕਿਹਾ ਇਹ ਉਹਨਾਂ ਦੀ ਕਿਤਾਬ ਹੋਰ ਵੀ ਕਈ ਥਾਂ ਕਥ ਹੈ। ਤਾਂ ਉਹ ਕਹਿਣ ਲੱਗਾ ਹਾਂ ਮੇਰੀ ਇਨਫਾਰਮੇਸ਼ਨ ਹੈ ਮੇਰੇ ਕੋਲ ਸੀਆਈਡੀ ਦੀ ਰਿਪੋਰਟਸ ਹਨ। ਤਾਂ ਉਹ ਸਾਰੇ ਕਹਿਣ ਲੱਗੇ ਕਿ ਫਿਰ ਤੁਸੀਂ ਉਸ ਦੇ ਲਈ ਕੀ ਪ੍ਰਬੰਧ ਕੀਤਾ ਹੈ ਮਾਉਂਟ ਬੈਟਨ ਕਹਿਣ ਲੱਗਾ ਕਿ ਮੈਂ ਉਹ ਤੁਹਾਨੂੰ ਨਹੀਂ ਦੱਸ ਸਕਦਾ ਮੈਂ ਤੁਹਾਨੂੰ ਉਹ ਡਿਸਕਲੋਜ਼ ਨਹੀਂ ਕਰ ਸਕਦਾ ਉਹ ਸਾਰੇ ਗੁੱਸੇ ਵਿੱਚ ਆ ਗਏ ਕਹਿਣ ਲੱਗੇ ਇਹਦਾ ਮਤਲਬ ਹੈ ਤੁਸੀਂ ਸਾਡੇ ਕਾਇਦ ਨੂੰ ਮਰਵਾਣਾ ਚਾਹੁੰਦੇ ਹੋ ਤਾਂ ਮਾਉਂਟ ਬੈਟਨ ਨੇ ਕਿਹਾ ਬਿਲਕੁਲ ਨਹੀਂ ਤਾਂ ਸਾਰਿਆਂ ਨੇ ਕਿਹਾ ਤੁਸੀਂ ਮਾਸਟਰ ਤਾਰਾ ਸਿੰਘ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੇ ਕਿੰਨੀ ਅਹਿਮ ਘਟਨਾ ਹੈ ਉਹ ਫਿਰੰਗੀ ਹਾਕਮ ਜਿਹੜਾ ਬਾਹਰੋਂ ਆਇਆ ਹੈ ਉਹ ਭਾਵ ਨੂੰ ਸਮਝਦਾ ਹੈ ਉਹ ਜਾਣਦਾ ਹੈ ਉਹ ਕਹਿਣ ਲੱਗਾ ਤੁਹਾਨੂੰ ਪਤਾ ਹੈ ਮਾਸਟਰ ਤਾਰਾ ਸਿੰਘ ਇਸ ਵੇਲੇ ਕਿਹੜੀ ਥਾਂ ਹੈ ਉਹ ਦਰਬਾਰ ਸਾਹਿਬ ਕੰਪਲੈਕਸ ਵਿੱਚ ਹਨ ਉਹ 골ਡਨ ਟੈਂਪਲ ਵਿੱਚ ਹਨ ਕੀ ਤੁਸੀਂ ਮਹਿਸੂਸ ਕਰ ਸਕਦੇ ਹੋ ਕੀ ਤੁਸੀਂ ਸੋਚ ਸਕਦੇ ਹੋ ਕਿ ਮੈਂ ਦਰਬਾਰ ਸਾਹਿਬ ਦੇ ਵਿੱਚ ਬਾਈ ਫੋਰ ਸੈਂਟਰ ਕਰਾਂਗਾ ਤਾਂ ਉਹ ਬੜੇ ਗੁੱਸੇ ਵਿੱਚ ਆ ਕੇ ਕਹਿਣ ਲੱਗੇ ਕਿ ਇਸ ਦਾ ਮਤਲਬ ਤੁਸੀਂ ਸਾਡੇ ਕਾਇਦ ਨੂੰ ਮਰਵਾਉਣਾ ਚਾਹੁੰਦੇ ਹੋ ਮਾਉਂਟ ਬੈਟਰਨ ਕਹਿਣ ਲੱਗਾ ਬਿਲਕੁਲ ਨਹੀਂ ਪਰ ਇੱਕ ਗੱਲ ਯਾਦ ਰੱਖੋ ਕਿ ਉਹ ਕਹਿਣ ਲੱਗੇ ਉਹਦੀ ਗਰੰਟੀ ਕੀ ਹੈ ਮਾਉਂਟ ਬੈਟਰਨ ਨੇ ਕਿਹਾ ਮੈਂ ਤੁਹਾਨੂੰ ਕੇਵਲ ਇੱਕ ਗਰੰਟੀ ਗਰੰਟੀ ਦੇ ਸਕਦਾ ਹਾਂ ਕੱਲ ਨੂੰ ਜਦੋਂ ਕਾਇਦੇ ਆਜ਼ਮ ਦਾ ਜਲੂਸ ਜਦੋਂ ਉੱਥੋਂ ਕਰਾਚੀ ਦੇ ਵਿੱਚ ਉਸ ਗੱਡੀ ਦੇ ਵਿੱਚ ਨਿਕਲੇਗਾ ਉਹਦੇ ਨਾਲ ਦੀ ਸੀਟ ਦੇ ਉੱਤੇ ਮੈਂ ਬੈਠ ਸਕਾਂ ਬੈਠਾਂਗਾ ਪਰ ਮੈਂ ਹਰਮੰਦਰ ਸਾਹਿਬ ਦੇ ਅੰਦਰ ਫੌਜ ਲੈ ਕੇ ਐਂਟਰ ਨਹੀਂ ਕਰ ਸਕਦਾ ਜਾਂ ਪੁਲਿਸ ਫੋਰਸ ਨਾਲ ਐਂਟਰ ਨਹੀਂ ਕਰ ਸਕਦਾ ਇਹ ਉਸ ਸਥਾਨ ਦੀ ਪਵਿੱਤਰਤਾ ਔਰ ਉਸ ਦੀ ਇੰਪੋਰਟੈਂਸ ਜਿਹੜੀ ਉਹਨਾਂ ਨੂੰ ਸਮਝ ਆ ਗਈ ਪਰ ਇਸ ਸਥਾਨ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਗਈ ਉਸ ਤੋਂ ਪਹਿਲੇ ਜਿਹੜੀਆਂ ਮੰਗਾਂ ਸਨ ਉਹ ਕੀ ਮੰਗਾਂ ਸਨ ਉਹ ਮੰਗਾ ਹਨ ਕਿ ਕਿਸੇ ਗੱਡੀ ਦਾ ਨਾਂ ਦਰਬਾਰ ਸਾਹਿਬ ਦੇ ਨਾਂ ਤੇ ਕਿਉਂ ਨਹੀਂ ਰੱਖਿਆ ਗਿਆ ਕਿਉਂ ਨਹੀਂ ਹਰਮੰਦਰ ਸਾਹਿਬ ਦੇ ਵਿੱਚ ਰੇਡੀਓ ਸਟੇਸ਼ਨ ਲਾਇਆ ਜਾਂਦਾ ਕਿਉਂ ਨਹੀਂ ਜਿਹੜੇ ਸਾਡੇ ਪਾਣੀ ਦੇ ਪਾਣੀ ਹੈ ਉਹ ਪੰਜਾਬ ਨੂੰ ਦਿੱਤਾ ਜਾਂਦਾ ਕਿਉਂ ਨਹੀਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਨੂੰ ਦਿੱਤੇ ਜਾਂਦੇ ਕਿਉਂ ਹਰਿਆਣੇ ਦੇ ਵਿੱਚ ਸੈਕੰਡ ਬੋਲੀ ਜਿਹੜੀ ਹੈ ਉਹ ਤਾਮਿਲ ਲਾਗੂ ਕੀਤੀ ਗਈ ਹੈ ਇਹੋ ਜੀਆਂ ਨਿਗੂਣੀਆਂ ਮੰਗਾ ਪਰ ਸਰਕਾਰ ਨੇ ਹਰ ਮੰਗ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਟਾਲਮਟੋਲਾ ਕਰਕੇ ਉਸ ਨੂੰ ਰੱਦ ਕਰ ਦਿੱਤਾ ਪਰ ਦੂਸਰੇ ਪਾਸੇ ਅਫਸੋਸ ਹੈ ਕਿ ਉਹ ਮੰਗਾਂ ਦੀ ਸੂਚੀ ਦੇਣ ਲੱਗੀਆਂ ਵੀ ਕਿੰਨੀ ਅਣਗਹਿਲੀ ਔਰ ਕਿਸ ਢੰਗ ਦੇ ਨਾਲ ਜਿਸ ਨੂੰ ਅਣਗਹਿਲੀ ਵਰਤੀ ਗਈ ਹੈ ਪਹਿਲੀ ਮੰਗ ਜਿਹੜੀ ਲਿਖ ਕੇ ਦਿੱਤੀ ਗਈ ਸਰਕਾਰ ਨੂੰ ਕਿ ਸਾਡੀ ਮੰਗ ਪੂਰੀ ਕੀਤੀ ਜਾਏ ਉਹ ਇਹ ਸੀ ਕਿ ਗੁਰਦੁਆਰਿਆਂ ਵਿੱਚ ਸਰਕਾਰੀ ਦਖਲ ਬਜਾਏ ਇਸ ਦੇ ਕਿ ਇੱਕ ਗ੍ਰਿਵਾਂਸ kiya jaye ਸ਼ਿਕਾਇਤ kiya jaye ਜਾਂ ਗਿਲਾ kiya jaye ਜਿਹੜੀ ਸਰਕਾਰ ਨੂੰ ਲਿਖ ਕੇ ਦਿੱਤੀ ਗਈ ਕਿ ਸਾਡੀ ਮੰਗ ਗੁਰਦੁਆਰਿਆਂ ਵਿੱਚ ਸਰਕਾਰੀ ਦਖਲ ਇਸ ਦਾ ਮਤਲਬ ਅਸੀਂ ਕੌਮੀ ਮਸਲਿਆਂ ਦੇ ਉੱਤੇ ਕਿੰਨੇ ਅਸੀਂ ਜਾਗਰੂਕ ਹਾਂ ਉਹ ਜਿਹੜੀਆਂ ਮੰਗਾ ਹਨ ਉਹ ਸਾਰੀਆਂ ਦੀਆਂ ਸਾਰੀਆਂ ਕੋਈ ਵੀ ਐਸੀ ਨਹੀਂ ਹੈ ਜਿਸ ਦੇ ਉੱਤੇ ਕੋਈ ਜ਼ਰਾ ਜਿਹਾ ਵੀ ਕੋਈ ਵਿਚਾਰ ਦੀ ਲੋੜ ਹੋਏ ਕੋਈ ਵੀ ਅਗਰ ਹਾਕਮ ਹੋਏ ਔਰ ਇਮਾਨਦਾਰ ਹੋਏ ਉਸ ਨੂੰ ਉਹਨਾਂ ਦੇ ਪ੍ਰਵਾਨ ਕਰਨ ਵਿੱਚ ਕੋਈ ਗਿਲਾ ਜਾਂ ਦੇਰੀ ਨਹੀਂ ਹੋ ਸਕਦੀ ਪਰ ਉਹਨਾਂ ਮੰਗਾ ਨੂੰ ਬਹਾਨਾ ਬਣਾਇਆ ਗਿਆ ਉਹਨਾਂ ਮੰਗਾ ਨੂੰ ਲੈ ਕੇ ਗੱਲ ਨੂੰ ਲਟਕਾਇਆ ਗਿਆ ਉਹਨਾਂ ਮੰਗਾ ਨੂੰ ਲੈ ਕੇ ਪੂਰੇ ਮੁਲਕ ਦੀਆਂ ਪਾਵਨਾਵਾਂ ਨੂੰ ੜਕਾਇਆ ਗਿਆ ਹਰਮੰਦਰ ਸਾਹਿਬ ਦੇ ਵਿੱਚ ਉਹ ਸਾਕਾ ਵਾਪਰਿਆ ਹੈ ਉਹ ਮਹਾਨ ਸਾਕਾ ਵਾਪਰਿਆ ਜਿੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਸ਼ਹੀਦ ਹੋਈਆਂ ਗੁਰ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਵਾਲਾ ਦਿਨ ਵਾਲਾ ਉਹ ਦਿਨ ਚੁਣਿਆ ਗਿਆ ਪਹਿਲੇ ਐਨਾਉਂਸ ਕੀਤਾ ਗਿਆ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ ਫਿਰ ਕਰਫਿਊ ਲਗਾ ਦਿੱਤੇ ਗਏ ਪੰਜਾਬ ਦੀ ਬੈਕਗ੍ਰਾਉਂਡ ਮਾਰਸ਼ਲ ਬੈਕਗਰਾਉਂਡ ਹੈ ਪੰਜਾਬ ਦਾ ਹਰ ਘਰ ਇੱਕ ਫੌਜੀ ਦਾ ਘਰ ਹੈ ਔਰ ਉੱਥੇ ਜਿਹੜੇ ਜੋ ਕੁਝ ਕੀਤਾ ਗਿਆ ਬਾਹਰ ਬੋਰਡ ਲਗਾ ਦਿੱਤੇ ਗਏ ਪੀਓਡਬਲਿਊਜ਼ ਲਿਖੇ ਗਏ ਪ੍ਰिजनਰ ਆਫ ਵਾਰ ਪ੍ਰिजनਰ ਆਫ ਵਾਰ ਕਿਸੇ ਦੁਸ਼ਮਣ ਨੂੰ ਕਿਹਾ ਜਾਂਦਾ ਹੈ ਕਿ ਆਪਣੇ ਬੰਦਿਆਂ ਨੂੰ ਕੋਈ ਪ੍ਰिजनਰ ਆਫ ਵਾਰ ਕਹਿੰਦਾ ਹੈ ਔਰ ਜਿਹਨਾਂ ਬੰਦੀ ਉੱਥੇ ਸਰਕਾਰ ਦੇ ਕਹਿਣ ਮੁਤਾਬਕ ਵਾਈਟ ਪੇਪਰ ਦੇ ਕਹਿਣ ਮੁਤਾਬਕ ਸਰਕਾਰੀ ਵਾਈਟ ਪੇਪਰ ਦੇ ਮੁਤਾਬਕ ਅਪੀਲ ਕੀਤੀ ਗਈ ਕਿ ਉਹ ਸਾਰੇ ਸਰੈਂਡਰ ਕਰ ਜਾਓ ਜਦੋਂ ਇੱਕ ਦੁਸ਼ਮਣ ਤੁਸੀਂ ਡਿਕਲੇਅਰ ਕਰ ਦਿੱਤਾ ਇੱਕ ਫੌਜੀ ਜਰਨਲ ਦਾ ਕਹਿਣਾ ਸੀ ਕਿ ਜਦੋਂ ਕੋਈ ਤੁਸੀਂ ਕਿਸੇ ਨੂੰ ਦੁਸ਼ਮਣ ਡਿਕਲੇਅਰ ਕਰ ਦੋ ਕੀ ਤੁਸੀਂ ਅੰਦਾਜ਼ਾ ਲਗਾਓਗੇ ਕਿ ਜਿਸ ਨੂੰ ਤੁਸੀਂ ਦੁਸ਼ਮਣ ਡਿਕਲੇਅਰ ਕੀਤਾ ਹੈ ਉਹ ਆਪਣੀਆਂ ਬੀਬੀਆਂ ਨੂੰ ਭੈਣਾਂ ਨੂੰ ਬੱਚਿਆਂ ਨੂੰ ਔਰ ਆਪਣੇ ਆਪ ਨੂੰ ਦੁਸ਼ਮਣ ਕਹਿ ਕੇ ਉਹ ਕਿਸੇ ਫੌਜ ਦੇ ਹਵਾਲੇ ਕਰੇਗਾ ਕਿਹਾ ਜਾਂਦਾ ਹੈ ਸਰਕਾਰ ਨੂੰ ਜਿਹੜਾ ਆਦੇਸ਼ ਦਿੱਤਾ ਗਿਆ ਸੀ ਸਰਕਾਰੀ ਵਾਈਟ ਪੇਪਰ ਦੇ ਮੁਤਾਬਕ ਉਹ ਇਹ ਸੀ ਕਿ ਟੈਰਰਿਸਟ ਨੇ ਹਰਮੰਦਰ ਸਾਹਿਬ ਦੇ ਵਿੱਚ ਸ਼ਰਨ ਲੈ ਲਈ ਹੈ ਇਹ ਕਿਹਾ ਗਿਆ ਔਰ ਫੌਜ ਨੂੰ ਆਦੇਸ਼ ਦਿੱਤਾ ਗਿਆ ਕਿ ਇਹਨਾਂ ਨੂੰ ਫਲਸ਼ ਆਊਟ ਕਰੇ ਔਰ ਇਹਨਾਂ ਨੂੰ ਅਰੈਸਟ ਕਰੇ ਇਹ ਆਦੇਸ਼ ਸੀ ਇਹਨਾਂ ਨੂੰ ਉੱਥੋਂ ਕੱਢਿਆ ਜਾਏ ਜਦੋਂ ਤੁਸੀਂ ਕਰਫਿਊ ਲਗਾ ਦਿੱਤਾ ਜਦੋਂ ਕਰਫਿਊ ਲਗਾ ਕੇ ਔਰ ਫਿਰ ਉਹਨਾਂ ਨੂੰ ਬਾਹਰ ਜਾਣ ਲਈ ਨਹੀਂ ਕਿਹਾ ਜਦੋਂ ਪੁੱਛਿਆ ਗਿਆ ਕਿ ਜੇ ਤੁਸੀਂ ਇਹ ਅਨਾਉਂਸਮੈਂਟ ਕਰਨ ਦੀ ਬਜਾਏ ਕਿ ਤੁਸੀਂ ਫੌਜ ਦੇ ਹਵਾਲੇ ਕਰੋ ਤੁਸੀਂ ਕਿਉਂ ਨਹੀਂ ਕਹਿ ਦਿੱਤਾ ਕਿ ਸਾਰੇ ਹਰਮੰਦਰ ਸਾਹਿਬ ਨੂੰ ਖਾਲੀ ਕਰ ਦਿਓ ਕਿਉਂਕਿ ਉਸ ਦੇ ਵਿੱਚ ਯਾਤਰੀ ਹਨ ਉਸ ਦੇ ਵਿੱਚ ਬੱਚੇ ਹਨ ਉਸ ਦੇ ਵਿੱਚ ਉਹ ਕੰਪਲੈਕਸ ਐਸਾ ਹੈ ਜਿੱਥੇ ਹਰਮੰਦਰ ਸਾਹਿਬ ਦੇ ਸਟਾਫ ਕੁਆਟਰਸ ਹਨ ਉੱਥੇ ਗ੍ਰੰਥੀ ਹਨ ਸੇਵਾਦਾਰ ਹਨ ਉਹ ਸਾਰੇ ਰਹਿੰਦੇ ਆ ਪਰ ਨਹੀਂ ਇਹ ਨਹੀਂ ਕੀਤਾ ਗਿਆ ਉਹ ਕਹਿਣ ਲੱਗੇ ਫਿਰ ਤਾਂ ਸਾਰੇ ਨਿਕਲ ਜਾਣਗੇ ਜੇ ਅਗਰ ਨਿਕਲ ਜਾਂਦੇ ਤੇ ਤੁਹਾਨੂੰ ਆਦੇਸ਼ ਵੀ ਤਾਂ ਇਹੀ ਦਿੱਤਾ ਗਿਆ ਸੀ ਕਿ ਹਰਮੰਦਰ ਸਾਹਿਬ ਲੋਕ ਕੰਪਲੈਕਸ ਨੂੰ ਖਾਲੀ ਕਰਾ ਦਿੱਤਾ ਜਾਏ ਪਰ ਇਹ ਕਿੰਨਾ ਵੱਡਾ ਟ੍ਰੈਪ ਪਰ ਉਹ ਵੀ ਬਰਦਾਸ਼ਤ ਹੋ ਗਿਆ ਸਭ ਤੋਂ ਵੱਧ ਦਦਾਈ ਗੱਲ ਇਹ ਹੈ ਕਿ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਕੋਈ ਐਸਾ ਸਥਾਨ ਨਹੀਂ ਹੈ ਜਿੱਥੇ ਕੇਵਲ ਮਰਦਾਂ ਦੇ ਆਉਣ ਦੀ ਇਜਾਜ਼ਤ ਹੈ ਉੱਥੇ ਬੀਬੀਆਂ ਵੀ ਹਨ ਬੱਚੀਆਂ ਵੀ ਹਨ ਹਰ ਕਿਸਮ ਦੇ ਉੱਥੇ ਪਰਿਵਾਰ ਵੀ ਰਹਿੰਦੇ ਹਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਪਣੇ ਹਥਿਆਰ ਵੀ ਹਨ ਜਿਹੜੇ ਸਰਕਾਰ ਨੇ ਲਾਇਸੈਂਸ ਦੇ ਕੇ ਦਿੱਤੇ ਹਨ ਪਰ ਜੋ ਉਸ ਵੇਲੇ ਦੀਆਂ ਖ਼ਬਰਾਂ ਨੇ ਜੋ ਬਾਵੇਲਾ ਮਚਾਇਆ ਜਿਹੜਾ ਸਿੱਖਾਂ ਨੂੰ ਪੂਰੀ ਕੌਮ ਨੂੰ ਬਦਨਾਮ ਕੀਤਾ ਗਿਆ ਉਸ ਦੇ ਵਿੱਚ ਇਹ ਲਿਖਿਆ ਹੈਡਲਾਈਨਸ ਆਈਆਂ ਕਿ ਹਰਮੰਦਰ ਸਾਹਿਬ ਕੰਪਲੈਕਸ 'ਚੋਂ ਔਰਤਾਂ ਮਿਲੀਆਂ ਕਿਉਂ ਨਹੀਂ ਇਸ ਚੀਜ਼ ਨੂੰ ਕਲੀਅਰਿਫਾਈ ਕੀਤਾ ਜਾਂਦਾ ਸਰਕਾਰ ਨੇ ਆਪਣਾ ਵਾਈਟ ਪੇਪਰ ਜਾਰੀ ਕਰਕੇ ਪੱਲਾ ਛਾੜ ਲਿਆ ਜੇਕਰ ਕਿਸੇ ਦੇ ਨਾਲ ਕੋਈ ਕਾਂਡ ਵਾਪਰ ਜਾਏ ਕਿਸੇ ਦੇ ਨਾਲ ਕੋਈ ਇਨਸੀਡੈਂਟ ਵਾਪਰ ਜਾਏ ਤਾਂ ਉਸ ਦਾ ਫਰਜ਼ ਹੈ ਕਿ ਘਟੋ-ਘਟ ਉਸ ਦੇ ਨਾਲ ਦੇ ਗਵੰਡੀ ਉਹਦੇ ਨਾਲ ਖੜੇ ਹੋਣ ਉਹ ਤਾਂ ਉਸ ਚੀਜ਼ ਦੇ ਨਾਲ ਖੜੇ ਹੋਣ ਔਰ ਸ਼ਾਬਾਸ਼ ਹੈ ਉਸ ਕਾਂਡ ਤੋਂ ਬਾਅਦ ਕਈ ਹੋਰ ਆਰਗੇਨਾਈਜੇਸ਼ਨਸ ਹਨ ਜਿਨ੍ਹਾਂ ਨੇ ਆਪਣੀਆਂ ਰਿਪੋਰਟਾਂ ਦਿੱਤੀਆਂ ਜਿਨ੍ਹਾਂ ਨੇ ਸਾਰਾ ਕੁਝ ਉਸ ਵੇਲੇ ਦੱਸਿਆ ਕੀ ਹੋਇਆ ਪਰ ਹਰਮੰਦਰ ਸਾਹਿਬ ਦੇ ਇਸ ਫੌਜੀ ਕਾਰਵਾਈ ਦੇ ਵਿੱਚ ਜਿਹੜੀ ਸਭ ਤੋਂ ਅਜੀਬ ਗੱਲ ਵਾਪਰੀ ਜਿਹੜੀ ਸਰਕਾਰ ਦੇ ਆਪਣੇ ਨਕਸ਼ੇ ਦੇ ਮੁਤਾਬਕ ਹੈ ਔਰ ਉਹਦੇ ਵਿੱਚ ਉਹਨਾਂ ਨੇ ਨਕਸ਼ਾ ਬਣਾ ਕੇ ਦਿਖਾਇਆ ਕਿ ਹਰਮੰਦਰ ਸਾਹਿਬ ਦੇ ਵਿੱਚ ਫੌਜੀ ਕਾਰਵਾਈ ਕੀਤੀ ਗਈ ਔਰ ਇਹ ਕਿਹਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਇੱਕ ਕਿਲਾ ਹੈ ਇੱਕ ਗੜ੍ਹ ਹੈ ਏ ਉਹਨਾਂ ਦਾ ਸੈਂਟਰ ਹੈ ਅਕਾਲ ਤਖਤ ਸਾਹਿਬ ਦਾ ਪਿਛਲਾ ਹਿੱਸਾ ਬਾਹਰ ਗਲੀਆਂ 'ਚ ਲੱਗਦਾ ਹੈ ਬਾਜ਼ਾਰ ਵਿੱਚ ਲੱਗਦਾ ਹੈ ਜੇ ਅਗਰ ਉਸ ਉਦੇ ਤੇ ਕਾਰਵਾਈ ਕਰਨੀ ਹੁੰਦੀ ਤਾਂ ਫਿਰ ਪਿਛਲੇ ਪਾਸਿਓਂ ਜਾਂ ਸਾਈਡ 'ਚ ਉਸ ਦੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਸੀ ਪਰ ਨਹੀਂ ਸਰਕਾਰ ਦੇ ਵਾਈਟ ਪੇਪਰ ਮੁਤਾਬਕ ਜਿਹੜਾ ਨਕਸ਼ਾ ਦਿੱਤਾ ਗਿਆ ਫੌਜ ਨੇ ਆਪਣੀ ਕਾਰਵਾਈ ਦੇ ਲਈ ਉਹ ਰੂਟ ਚੁਣਿਆ ਜਿਹੜਾ ਕਿ ਇੱਕ ਆਮ ਯਾਤਰੀ ਹਰਮੰਦਰ ਸਾਹਿਬ ਦੇ ਦਰਸ਼ਨਾਂ ਲਈ ਚੁੰਦਾ ਹੈ ਜਿਹੜਾ ਕੱਟਤਾ ਕਰਦੇ ਅੰਦਰ ਪ੍ਰਕਰਮਾ ਚਾਕੇ ਫਿਰ ਉਹ ਪੂਰੀ ਪ੍ਰਕਰਮਾ ਕਰਦਿਆਂ ਹੋਇਆਂ ਔਰ ਰਸਤਾ ਅਪਣਾਇਆ ਗਿਆ ਜਿਹੜੀਆਂ ਸਰਾਂ ਸੀ ਉਹਦੇ ਵਿੱਚ ਕਾਰਵਾਈ ਕੀਤੀ ਗਈ ਜਿਹੜੀ ਲਾਇਬ੍ਰੇਰੀ ਸੀ ਉਸ ਦੇ ਵਿੱਚ ਕਾਰਵਾਈ ਕੀਤੀ ਗਈ ਤੇ ਜੇਕਰ ਇਹ ਬਾਰ ਬਾਰ ਦੁਹਾਈ ਦਿੱਤੀ ਗਈ ਕਿ ਇੱਥੇ ਕੁਝ ਉਗਰਵਾਦੀ ਸਨ ਉੱਥੇ ਸੰਜਰਨੈਲ ਸਿੰਘ ਸੀ ਜਿਹਦੇ ਕਰਕੇ ਕਾਰਵਾਈ ਕੀਤੀ ਗਈ ਤਾਂ ਸਰਕਾਰੀ ਵਾਈਟ ਪੇਪਰ ਨੇ ਖੁਦ ਕਿਹਾ ਕਿ 42 ਗੁਰਦੁਆਰਿਆਂ ਦੇ ਉੱਤੇ ਇੱਕ ਸਾ ਇੱਕ ਨਾਲ ਜਿਹੜਾ ਸੀ ਉਹ ਕਾਰਵਾਈ ਕੀਤੀ ਗਈ ਤਾਂ ਕੀ ਉਹ ਸਾਰੀ ਜਗ੍ਹਾ ਦੇ ਉੱਤੇ ਉਹੀ ਸਨ ਸੋ ਇਸ ਕਰਕੇ ਇਹ ਕਹਿਣਾ ਕਿ ਉੱਥੇ ਕੋਈ ਕੋਈ ਖਾਸ ਕਿਸੇ ਵਿਅਕਤੀ ਨੂੰ ਫੜਨ ਲਈ ਜਾਂ ਕੁਝ ਵਿਅਕਤੀਆਂ ਨੂੰ ਫੜਨ ਲਈ ਕਾਰਵਾਈ ਕੀਤੀ ਜੇ ਅਗਰ ਉੱਥੇ ਨਾ ਹੁੰਦੇ ਪਰ ਕਾਰਵਾਈ ਤਾਂ ਸਾਰੇ ਪੰਜਾਬ ਦੇ ਹਰ ਗੁਰਦੁਆਰੇ ਵਿੱਚ ਕੀਤੀ ਗਈ ਇਹ ਜਿਹੜਾ कांड ਹੈ ਇੱਕ ਆਮ ਸ਼ਰਦਾਲੂ ਦੇ ਨਜ਼ਰੀਏ ਤੋਂ ਇੱਕ ਆਮ ਸ਼ਰਦਾਲੂ ਦੇ ਨਜ਼ਰੇ ਨਜ਼ਰਾਂ ਤੋਂ ਲੋੜ ਹੈ ਉਹ ਸੱਚ ਕੀ ਸੀ ਜੇਕਰ ਉੱਥੇ ਜਿਹੜੇ ਮਾਰੇ ਗਏ ਜਾਂ ਜਿਨ੍ਹਾਂ ਨੂੰ ਸ਼ਹੀਦ ਹੋਏਗੇ ਕਹਿ ਲਿਆ ਜਾਏ ਕਿਉਂਕਿ ਜਿਹੜਾ ਸ਼ਹੀਦ ਹੋ ਗਿਆ ਜਾਂ ਮਾਰਿਆ ਗਿਆ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੇਕਰ ਸਰਕਾਰ ਨੂੰ ਇਹ ਪਤਾ ਹੈ ਜੇ ਸਰਕਾਰੀ ਕਾਗਜ਼ਾਂ ਦੇ ਵਿੱਚ ਉਹਨਾਂ ਨੂੰ ਪਤਾ ਹੈ ਕਿ ਇਹ ਅਤਵਾਦੀ ਸੀ ਉਗਰਵਾਦੀ ਸੀ ਇਹ ਲੁਟੇਰਾ ਸੀ ਇਹ ਡਾਕੂ ਸੀ ਤਾਂ ਜਿਵੇਂ ਆਮ ਕਿਸੇ ਕੇਸ ਵਿੱਚ ਹੁੰਦਾ ਹੈ ਜਦੋਂ ਉਸ ਡਾਕੂ ਦੀ ਕੋਈ Laash ਮਿਲਦੀ ਹੈ ਉਸ ਦੀ شناخت ਕੀਤੀ ਜਾਂਦੀ ਹੈ ਉਸ ਦੀ شناخت ਕਰਕੇ ਉਹਦੇ ਕੋਲੋਂ ਬਰਾਮਦ ਸਮਾਨ ਦੇ ਕੇ ਉਹ ਫਿਰ ਲੋਕਾਂ ਨੂੰ ਸਦਿਆ ਜਾਂਦਾ ਹੈ ਤੁਸੀਂ ਇਹ ਪਛਾਣੋ ਐਸੀ ਕੋਈ ਕਾਰਵਾਈ ਨਹੀਂ ਕੀਤੀ ਗਈ ਹੈਰਾਨੀ ਹੈ ਕਿ ਉਹਨਾਂ ਸਾਰਿਆਂ ਨੂੰ अननोन टेररिस्ट कह के ਸਾਰਿਆਂ ਦਾ ਸਸਕਾਰ ਕਰ ਦਿੱਤਾ ਗਿਆ ਹੋਰ ਤਾਂ ਹੋਰ ਜਿਹੜੀਆਂ ਉਸ ਵੇਲੇ ਦੀਆਂ ਮਨੁੱਖੀ ਅਧਿਕਾਰਾਂ ਦੀਆਂ ਰਿਪੋਰਟਾਂ ਆਈਆਂ ਉਹਦੇ ਵਿੱਚ ਇੱਥੇ ਤੱਕ ਕੋਟਾਂ ਦੇ ਵਿੱਚ ਹੈ ਕਿ 테러ਰਿਸਟ ਹੈਂਡਸ ਟਾਈਡ ਬਿਹਾਈਂਡ ਬੈਕ ਗੱਲ ਇਹ ਹੈ ਅਸੀਂ ਸੱਚ ਦੇ ਅਸੀਂ ਸੱਚ ਦੀ ਆਵਾਜ਼ ਉਠਾਉਣ ਦੀ ਗੱਲ ਕਰਦੇ ਹਾਂ ਅਸੀਂ ਸਤਿਵੇ ਬੇਵਜਾਤੇ ਦੀ ਗੱਲ ਕਰਦੇ ਹਾਂ ਅੱਜ ਇਤਿਹਾਸ ਮੰਗ ਕਰਦਾ ਹੈ ਕਿ ਇਨਸਾਫ ਮੰਗ ਕਰਦਾ ਹੈ ਕਿ ਜੋ ਉਸ ਦਿਨ ਵਾਪਰਿਆ ਹੈ ਘਟੋ-ਘਟ ਉਸ ਦੀ ਤਾਂ ਗੱਲ ਕੀਤੀ ਜਾਏ ਜਦੋਂ ਜਲੀਆਂ ਵਾਲੇ ਬਾਗ ਦੇ ਵਿੱਚ ਉਹ ਚਾਨਕ ਸਾਕਾ ਵਾਪਰਿਆ ਤਾਂ ਉਸ ਦੇ ਤੁਰੰਤ ਬਾਅਦ ਕਾਉਂਸਲ ਨੇ ਇੱਕ ਇਨਕੁਆਰੀ ਕਮਿਸ਼ਨ ਬਿਠਾਇਆ ਜਿਸ ਵਿੱਚ ਜਿਸ ਨੂੰ ਹੰਟਰ ਕਮਿਸ਼ਨ ਕਿਹਾ ਜਾਂਦਾ ਹੈ जिस अंग्रेज और चार हिंदुस्तानी शामिल गए ताकि उसकी इनकुआरी करे और उसके बाद महात्मा गांधी ने आल इंडिया कांग्रेस कमेटी ने एक वक्रा इंक्वायरी कमीशन बिठाया रिपोर्टा दवे कि उस दिन की होया सी। और पहला काम अंग्रेजा ने किया ने एक आर्डर किया कि ब्रिगेडियर डायर उस तुम तो किसीकारी नहीं रखा जाएगा ਲੋੜ ਇਹ ਨਹੀਂ ਕਿ ਕਿਸੇ ਨੂੰ ਅਸੀਂ ਕਹੀਏ ਕਿ ਫਲਾਣਾ ਹੋਏ ਜਾਂ ਨਾ ਹੋਏ ਗੱਲ ਇਹ ਹੈ ਕਿ ਜੋ ਉਸ ਦਿਨ ਹੋਇਆ ਨਿਰਪੱਖ ਤੌਰ ਦੇ ਉੱਤੇ ਉਸ ਦਾ ਕਮਿਸ਼ਨ ਬਣ ਕੇ ਉਹ ਜਿਹੜਾ ਸਮਾਨ ਜਿਹੜਾ ਹਾਲੇ ਤੱਕ ਕਦੀ ਕਹਿ ਦਿੱਤਾ ਜਾਂਦਾ ਹੈ ਕਿ ਦੇ ਦਿੱਤਾ ਕਦੀ ਲਿਆ ਹੀ ਨਹੀਂ ਕਦੀ ਮੋੜ ਦਿੱਤਾ ਕਦੀ ਸਾਡੇ ਕੋਲ ਹੈ ਨਹੀਂ ਕਦੀ ਸਾੜ ਦਿੱਤਾ ਉਹ ਖਜ਼ਾਨਾ ਉਹ ਅਨਮੋਲ ਖਜ਼ਾਨਾ ਜਿਹੜੇ ਗੁਰੂ ਸਾਹਿਬ ਦੀਆਂ ਹੱਥ ਲਿਖਤਾਂ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਹੁਕਮਨਾਮੇ ਉਹ ਜਿਹੜੀਆਂ ਚੀਜ਼ਾਂ ਹਨ ਉਹ ਜ਼ਰੂਰ ਮਿਲਣੀਆਂ ਚਾਹੀਦੀਆਂ ਹਨ ਪਰ ਸਭ ਤੋਂ ਵੱਡੀ ਗੱਲ ਇੱਕ ਆਮ ਸ਼ਰਦਾਲੂ ਦੇ ਰੂਪ ਵਿੱਚ ਅਸੀਂ ਇੱਕ ਆਮ ਸਿੱਖ ਦਾ ਇੱਕ ਆਮ ਪੰਜਾਬੀ ਦਾ ਇੱਕ ਆਮ ਇਨਸਾਨ ਦਾ ਹੱਕ ਹੈ ਕਿ ਉਹ ਇਹ ਜਾਣੇ ਕਿ ਉਸ ਨਾਲ ਹੋਇਆ ਕੀ ਸੀ ਉਸ ਦੇ ਉਸ ਪਾਵਨ ਸਥਾਨ ਨਾਲ ਕੀ ਹੋਇਆ ਸੀ ਅਗਲੀ ਤਸਵੀਰ ਜਿਹੜੀ ਹੈ ਅਸੀਂ ਵੇਖਦੇ ਹਾਂ ਏ ਸਰੀਏ ਕਾਲ ਤੱਕ ਸਾਹਿਬ ਦੀ ਉਹ ਤਸਵੀਰ ਹੈ ਜਿਹੜੀ ਕਿ ਗੁੰਬਦ ਦੇ ਉੱਤੇ ਅਟੈਕ ਕੀਤਾ ਗਿਆ ਜਿਹੜੇ ਕਿ ਉਹਦੇ ਤੇ ਗੋਲਾ ਮਾਰਿਆ ਗਿਆ ਕੀ ਗੁੰਬਦ ਦੇ ਨਾਲ ਵੀ ਕੋਈ ਅਤਵਾਦੀ ਲਟਕੇ ਹੋਏ ਸਨ ਇਸ ਤੋਂ ਅਗਲੀ ਤਸਵੀਰ ਉਸ ਕੰਪਲੈਕਸ ਦੀ ਹੈ ਜਿਹੜਾ ਕਿ ਜਿਸ ਰੂਟ ਨੂੰ ਅਪਣਾਇਆ ਗਿਆ ਉਹ ਦਰਸਾਇਆ ਗਿਆ ਹੈ ਇਸ ਤੋਂ ਅਗਲੀ ਜਿਹੜੀ ਤਸਵੀਰ ਹੈ ਇਸ ਸਾਡੀ ਅਣਗਹਿਲੀ ਦੀ ਜਿਹੜੀ ਲਖਾਇਕ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਉਹ ਪੁਰਾਤਨ ਪਿੱਤਿ ਚਿੱਤਰ ਉਹ ਜਿਹੜੀਆਂ ਅ ਦਿਵਾਰ ਦੇ ਉੱਤੇ ਜਿਹੜੀਆਂ ਪੇਂਟਿੰਗਸ ਹਨ ਇਹ ਸਾਰੀਆਂ ਅਸੀਂ ਖੁਦ ਬਰਬਾਦ ਕਰ ਦਿੱਤੀਆਂ ਇਸ ਤੋਂ ਅਗਲੀ ਤਸਵੀਰ ਦੇ ਵਿੱਚ ਇਹ ਸਤਪਾਲ ਸਿੰਘ ਦਾਨਿਸ਼ ਉਹ ਪੁਰਾਣੀਆਂ ਤਸਵੀਰਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਪੁਰਾਣੇ ਸਰੂਪ ਦੀਆਂ ਉਹ ਤਸਵੀਰਾਂ ਵਿਖਾ ਰਹੇ ਹਨ ਇਸ ਤੋਂ ਅਗਲੀ ਤਸਵੀਰ ਇਹ ਸਾਡੀ ਆਪਣੀ ਕਾਰਵਾਈ ਦੀ ਹੈ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਲੋਂ ਉਸਰੇ ਹੋਏ ਉਸ ਸ੍ਰੀ ਅਕਾਲ ਤਖਤ ਸਾਹਿਬ ਦੇ ਉਸ ਇਮਾਰਤ ਨੂੰ ਜਿਸ ਨੇ ਸਰਕਾਰ ਨੇ ਰਿਪੇਅਰ ਕੀਤਾ ਕਿਸ ਢੰਗ ਦੇ ਨਾਲ ਅਸੀਂ ਉਸ ਨੂੰ ਟਾ ਰਹੇ ਹਾਂ ਅਸੀਂ ਉਸ ਨੂੰ ਨਹੀਂ ਬਚਾ पाए ਇੱਕ ਪਾਸੇ ਤੋਪਾਂ ਦੇ ਨਾਲ ਟਹਿ ਗਿਆ ਦੂਸਰੇ ਪਾਸੇ ਹਥੋੜੇ ਮਾਰ ਕੇ ਉਹ ਸਾਰੀ ਚੀਜ਼ ਨੂੰ ਬਰਬਾਦ ਕਰ ਦਿੱਤਾ ਗਿਆ ਇਸ ਤੋਂ ਅਗਲੀ ਤਸਵੀਰ ਵੀ ਐਸੀ ਹੀ ਹੈ ਕਿ ਕਿਸ ਬੇਦਰਦੀ ਦੇ ਨਾਲ ਉਹ ਸਾਰਾ ਵਿਰਸਾ ਜੋ ਹੈ ਉਹ ਸ਼ਾਇਦ ਹਮੇਸ਼ਾ ਹਮੇਸ਼ਾ ਲਈ ਸਮਾਪਤ ਕਰ ਦਿੱਤਾ ਗਿਆ ਸ਼ਾਇਦ ਉਹ ਜਿਹੜਾ ਮਕਸਦ ਹੈ ਉਹ ਪੂਰਾ ਹੋ ਗਿਆ ਇਸ ਤੋਂ ਅਗਲੀ ਤਸਵੀਰ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੀ ਹੈ ਜਿੱਥੇ ਕੁਝ ਸਿੱਲਾਂ ਦੇ ਉੱਤੇ ਹਾਲੇ ਵੀ ਉਹ ਖੂਨ ਜਿਹੜਾ ਹੈ ਰਚਿਆ ਹੋਇਆ ਹੈ ਉਹ ਸਿਮਿਆ ਹੋਇਆ ਹੈ ਇਹ ਜਿਹੜੀ ਅਖੀਰਲੀ ਇਸ ਤੋਂ ਬਾਅਦ ਦੀ ਜਿਹੜੀ ਤਸਵੀਰ ਹੈ ਇਹ ਜਦੋਂ ਤੱਕ ਇਤਿਹਾਸ ਹੈ ਇਹ ਯਾਦ ਦਿਵਾਉਂਦਾ ਰਹੇਗਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਉਹ ਮਹਾਨ ਕੁਰਬਾਨੀ ਜਿਹੜੀ ਕਿ ਉਸ ਵੇਲੇ ਜਿਹੜੀ ਕੁਰਬਾਨੀ ਕੀਤੀ ਗਈ ਸੀ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਲੈ ਕੇ ਫਿਰ ਅਸੀਂ ਆਪਦੀਆਂ ਕਾਲਸ ਲਵਾਂਗੇ ਸਮਾਂ ਇਜਾਜ਼ਤ ਨਹੀਂ ਦਿੰਦਾ ਤੇ ਕਹਿਣ ਨੂੰ ਬਹੁਤ ਕੁਝ ਹੈ ਪਰ ਇੱਕ ਮਨ ਦੀ वेदना ਹੈ ਇੱਕ ਆਮ ਸਧਾਰਨ ਸਿੱਖ ਦੀ ਕੋਈ ਗਿਲਾ ਨਹੀਂ ਕੋਈ ਸ਼ਿਕਵਾ ਨਹੀਂ ਕੋਈ ਰਾਜਨੀਤਿਕ ਮਕਸਦ ਨਹੀਂ ਹੈ ਪਰ ਇਹ ਧਾਰਮਿਕ ਸਥਾਨ ਦੇ ਨਾਲ ਜੋ ਹੋਇਆ ਹੈ ਧਾਰਮਿਕ ਵਿਅਕਤੀ ਦੇ ਨਾਲ ਹੋ ਜਾਏ ਬਹੁਤ ਵੱਡੀ ਗੱਲ ਹੈ ਪਰ ਇਹ ਮਾਨਵਤਾ ਦੇ ਉੱਤੇ ਜੋ ਹਮਲਾ ਹੋਇਆ ਹੈ ਇਸ ਦੀ ਯਾਦ ਬੁਨਾਂਦੇ ਆ ਇਹ ਪ੍ਰੋਗਰਾਮ ਹੈ ਹੁਣ ਇੱਕ ਛੋਟਾ ਜਿਹਾ ਬ੍ਰੇਕ ਸੋ ਬ੍ਰੇਕ ਤੋਂ ਬਾਅਦ ਆਪ ਦਾ ਇੱਕ ਫਿਰ ਸਵਾਗਤ ਹੈ ਸੋ ਜੋ ਜਿੰਨੇ ਇੱਕ ਉਸ ਵੇਲੇ ਦੇ ਡਾਕੂਮੈਂਟ ਨਜ਼ਰ ਆਉਂਦੇ ਹਨ ਜਿਸ ਢੰਗ ਦੇ ਨਾਲ ਜਿਹੜੀ ਕਿ ਇਨਫਾਰਮੇਸ਼ਨ ਆਂਦੀ ਹੈ ਉਹ ਇਸ ਦੁਖਦਾਈ ਘਟਨਾ ਦੇ ਲਈ ਇਹ ਕਿਹਾ ਗਿਆ ਬਾਰ-ਬਾਰ ਕਿ ਇਹ ਕਾਰਵਾਈ ਅਤਵਾਦੀਆਂ ਨੂੰ ਫੜਨ ਲਈ ਕੀਤੀ ਗਈ ਪਰ ਉਸ ਤੋਂ ਪਹਿਲੇ ਹੈਰਾਨੀ ਹੈ ਕਿ ਸਰਕਾਰ ਵੱਲੋਂ ਵੀ ਜਿਹੜੇ ਸਰਕੂਲਰ ਜਾਰੀ ਹੋਏ ਜਿਹੜੀਆਂ ਹਦਾਇਤਾਂ ਜਾਰੀ ਹੋਈਆਂ ਪੂਰੇ ਪੰਜਾਬ ਨੂੰ ਇੱਕ ਗੜਬੜ ਵਾਲਾ ਖੇਤਰ ਡਿਕਲੇਅਰ ਕੀਤਾ ਗਿਆ ਪੰਜਾਬ ਵਿੱਚ ਐਮਰਜੈਂਸੀ ਲਗਾਈ ਗਈ ਜਿਹੜੀ 13 ਸਾਲ ਤੱਕ ਰਹੀ ਔਰ ਇਹ ਵੀ ਕਿਹਾ ਗਿਆ ਕਿ ਇੱਕ ਸਰਕੂਲਰ ਜਾਰੀ ਕੀਤਾ ਗਿਆ ਕਿ ਅਤਵਾਦੀ ਹਨ ਉਹ ਕੌਣ ਹਨ ਜਿਹੜੇ ਅੰਮ੍ਰਿਤ ਧਾਰੀ ਹਨ ਤੇ ਜਿਹੜੇ ਕਿਰਪਾਨ ਰੱਖਦੇ ਹਨ ਉਹਨਾਂ ਦੀ ਪਛਾਣ ਉਹਨਾਂ ਦੀ ਪਛਾਣ ਕਰਕੇ ਫੌਜ ਦੇ ਹਵਾਲੇ ਕਰਨ ਦੀ ਗੱਲ ਕੀਤੀ ਗਈ ਸੋ ਦਰਅਸਲ ਇਹ ਜਾਣੇ ਹੀ ਅਣ ਜਾਣੇ ਵਿੱਚ ਜਾਂ ਓਵਰ ਐਨਥੂਸੀਆਜ਼ਮ ਦੇ ਵਿੱਚ ਉਹ ਜਿਹੜੇ ਸਾਰੇ ਸਰਕੂਲਰ ਜਾਰੀ ਹੋਏ ਜਿਸ ਢੰਗ ਦੇ ਨਾਲ ਕਾਰਵਾਈ ਹੋਈ ਔਰ ਡੈਫੀਨੇਟਲੀ ਉਹ ਕੋਈ ਇਨਸਾਫ ਪਸੰਦੀ ਦੀ ਗੱਲ ਨਹੀਂ ਕਹੀ ਜਾ ਸਕਦੀ ਉਸ ਦੀ ਜਾਂਚ ਉਸ ਦੀ ਇਨਕੁਆਰੀ ਉਸ ਦੀ ਰਿਪੋਰਟ ਇਹ ਪੂਰੀ ਜ਼ਰੂਰ ਹੋਣੀ ਚਾਹੀਦੀ ਹੈ ਹੁਣ ਅਸੀਂ ਇੱਕ ਕਾਲਸ ਲਵਾਂਗੇ ਥੋੜੀਆਂ ਜਿਹਾ ਜਿੰਨਾ ਸਮਾਂ ਹੈ ਹੈਲੋ ਵਾਈਟ ਡਾਕਟਰ ਖਾਸ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕੌਣ ਬੋਲ ਰਿਹਾ ਵੀ ਜੀ ਗੁਰਸ਼ਰਨ ਸਿੰਘ ਬੋਲ ਰਿਹਾ ਜੀ ਹਾਂ ਜੀ ਗੁਰਸ਼ਰਨ ਸਿੰਘ ਜੀ ਹੈਲੋ ਇਸ ਸਾਲ ਤਾਂ ਇਹ ਤੇ ਬਹੁਤ ਛੋਟਾ ਸੀ ਜੀ ਹਲੇ ਸੈਂਸਿਸ ਆਪਣੀਆਂ ਨਹੀਂ ਸੀ ਜਦੋਂ ਜਦੋਂ ਵੱਡੇ ਹੁੰਦੇ ਰਹੇ ਜੀ ਇਮੇਜਿਸ ਸਾਡੇ ਸਾਹਮਣੇ ਆਉਂਦੀਆਂ ਰਹੀਆਂ ਤੇ ਅੱਜ ਵੀ ਜਦੋਂ ਇਮੇਜਿਸ ਦੇ ਸਾਤੇ ਦੇਖਾਈਆਂ ਜਾਂ ਅਸੀਂ ਪੜ੍ਹਦੇ ਹਾਂ ਇੰਟਰਨੈਟ ਉਸ ਉਸ ਟਾਈਮ ਤੇ ਨਹੀਂ ਹੈਗਾ ਸੀ ਅੱਜ ਤੇ ਸਾਡੇ ਕੋਲ ਨਹੀਂ ਆ ਗਿਆ ਸੁਹੋਲਤਾ ਕਿ ਅਸੀਂ ਰਿਸਰਚ ਕਰ ਸਕਦੇ ਹਾਂ ਜੀ ਅੱਜ ਵੀ ਅੱਖਾਂ ਚ ਪਰ ਜਾਂਦੀਆਂ ਜੀ ਪਰ ਇੱਕ ਸਾਈਡ ਗੱਲ ਇਹ ਹੈ ਕਿ ਅੱਜ ਅਸੀਂ ਇਸ ਗੱਲ ਨੂੰ ਕਰਦੇ ਹੋਏ ਕਿਤਰ ਜਾਣਦੇ ਹਾਂ ਅਸੀਂ ਸ਼ਰਮਾ ਜਾਣਦੇ ਹਾਂ ਅਸੀਂ ਇਹ ਗੱਲ ਆਪਣੇ ਬੱਚਿਆਂ ਨੂੰ ਆਪਣੇ ਉਹਨਾਂ ਨੂੰ ਦੱਸ ਹੀ ਨਹੀਂ ਰਹੇ ਸਾਡੇ ਗੁਰੂ ਘਰ ਵਿੱਚ ਇਹ ਗੱਲਾਂ ਨਹੀਂ ਹੋ ਰਹੀਆਂ ਜੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹ ਗੱਲਾਂ ਹੋਣ ਤੇ ਸਾਨੂੰ ਮਨਾ ਕਰ ਦੋ ਜਾਂਦੇ ਕਹਿੰਦੇ ਨਹੀਂ ਇਹ ਗੱਲਾਂ ਨਾ ਕਰੋ ਜੀ ਇਹ ਜੀ ਇਹ ਇੱਕ ਇੱਕ ਇਸ ਅਸੀਂ ਜੇ ਅਸੀਂ ਬੋਲ ਜਾਵਾਂਗੇ ਆਪਣੀ ਹਿਸਟਰੀ ਹਿਸਟਰੀ will repeat itself ਜੀ 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 ਤੁਹਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਐਸਐਮਰ ਦੇ ਪ੍ਰੋਗਰਾਮ ਦੇ ਸਤਿ ਸੰਤੋਖੀ ਕਿਪਾ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮਾਂ ਤੋਂ ਕਿ ਸਾਨੂੰ ਨੌਲੇਜ ਹੋ ਸਕੇ ਹਾਂ ਜੀ ਮਕਸਦ ਇਹ ਹੈ ਕਿ ਸਿਰਫ ਸੱਚ ਜਿਹੜਾ ਹੈ ਉਹ ਪਤਾ ਲੱਗਣਾ ਚਾਹੀਦਾ ਸਾਨੂੰ ਪਤਾ ਲੱਗੇ ਅਗਰ ਜੇ ਸਰਕਾਰ ਦਾ ਪੱਖ ਹੈ ਜਿਸ ਲਈ ਕੀਤੀ ਗਈ ਕਾਰਵਾਈ ਹੈ ਤਾਂ ਉਹਨਾਂ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਦਾ ਦੱਸੇ ਉਹਨਾਂ ਦੇ ਉੱਤੇ ਅਗਰ ਕਿਹੜੇ-ਕਿਹੜੇ ਮੁਕੱਦਮੇ ਸਨ ਕਿਹੜੀਆਂ ਚੀਜ਼ਾਂ ਸਨ ਕੀ ਹੈਗਾ ਉਹ ਜ਼ਰੂਰ ਪਤਾ ਲੱਗਣੀ ਚਾਹੀਦੀ ਹੈ ਗਲਤ ਸਿਰਫ ਇਹ ਹੈ ਇਹ ਕੋਈ ਇਹ ਨਹੀਂ ਹੈਗਾ ਕਿ ਇੱਕ ਫਲਾਣੇ ਪੱਖ ਨੂੰ ਜਾਂ ਉਸ ਧਿਰ ਨੂੰ ਕੰਡਮ ਕਰ ਦੇਣਾ ਜਾਂ ਉਸ ਦੇ ਉੱਤੇ ਦੋਸ਼ ਮੜ ਦੇਣਾ ਪਰ ਦੂਸਰੇ ਪਾਸੇ ਗੱਲ ਇਹ ਹੈ ਅੱਜ ਜਿਹੜਾ ਇੰਨਾ ਵੱਡਾ ਦੁਖਾਂਤ ਵਾਪਰਿਆ ਹੈ ਅਸੀਂ ਉਸ ਦੀ ਗੱਲ ਨਾ ਕਰਕੇ ਅਸੀਂ ਹੋਰ ਕਿਸੇ ਐਸੇ ਮਸਲੇ ਛੇੜ ਬਈਏ ਤਾਂ ਕਿ ਉਹ ਜਿਹੜਾ ਇੱਕ ਸਧਾਰਨ ਇਨਸਾਫ ਪਸੰਦ ਇਨਸਾਨ ਹੈ ਉਹ ਵੀ ਸਾਡੇ ਨਾਲ ਨਾ ਬਹਿ ਸਕੇ ਇਹ ਲੱਗਦਾ ਹੈ ਕਿ ਇਹ ਵੀ ਮਾੜੀ ਗੱਲ ਹੋਏਗੀ ਹਿਸਟਰੀ ਦੀ ਜਾਣ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਜਿਵੇਂ ਮੈਂ ਥੋੜਾ ਪਹਿਲਾਂ ਇੱਕ ਬੁੱਕ ਪੜ੍ਹੀ ਸੀ ਜ਼ਿੰਮੇਵਾਰ ਖੋਣ ਹਾਂਜੀ ਉਹ ਵੀਰ ਜੀ ਫਿਰ ਆਪਾਂ ਵਿਸਥਾਰ ਸਹਿਤ ਕਰਾਂਗੇ ਹੋਰ ਕਾਲਸ ਲੈ ਲਈਏ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਮਿਹਰਬਾਨੀ ਤੁਹਾਡੀ ਥੈਂਕ ਯੂ ਹਲੋ ਹੈਲੋ ਹੈਲੋ ਵਾਹਿਗੁਰੂ ਜੀ ਕਿ ਖਾਲਸਾ ਵਾਹਿਗੁਰੂ ਜੀ ਕਿ ਫਤਿਹ ਜੀ ਵਾਹਿਗੁਰੂ ਜੀ ਕਿ ਫਤਿਹ ਕੌਣ ਬੋਲ ਰਿਹਾ ਵਿੱਚ ਮੈਂ ਹਰਪ੍ਰੀਤ ਸਿੰਘ ਬੋਲਦਾ ਜੀ ਹਾਂਜੀ ਹਰਪ੍ਰੀਤ ਸਿੰਘ ਜੀ ਇਹ ਬਹੁਤ ਸੋਹਣਾ ਪ੍ਰੋਗਰਾਮ ਤੁਸੀਂ ਸਾਨੂੰ ਆਪਣੇ ਉਹ ਵਲੇ ਸਮੇਂ ਦੀ yaad ਦਵਾਈ ਹੈ ਜੀ ਅ ਇੱਕ ਗੱਲ ਮੈਂ ਜ਼ਰੂਰ ਇੱਕ ਨਾਲ ਕਰਨਾ ਚਾਹੁੰਦਾ ਕਿ ਜਨਾ ਡਾਇਰ ਦੀ ਗੱਲ ਹੋਈ ਸੀ 1919 ਦੇ ਵਿੱਚ ਜਦੋਂ ਜਲੀਆਂ ਵਾਲਾ ਬਾਗ ਕਾਂਡ ਹੋਇਆ ਸ਼ੂਟ ਐਂਡ ਕਿਲ ਦੇ ਉਹਨੇ ਆਰਡਰ ਦਿੱਤੇ ਜੀ ਉਸ ਤੋਂ ਬਾਅਦ ਕੁਝ ਸੰਗਤ ਭਾਵੇਂ ਉਹ ਹਿੰਦੂ ਸੀ ਮੁਸਲਮਾਨ ਸੀ ਜਾਂ ਸਿੱਖ ਸੀ ਕੋਈ ਵੀ ਜੇ દોੜ ਕੇ ਦਰਬਾਰ ਸਾਹਿਬ ਦੀ ਸ਼ਰਨ ਹਰਮੰਦਰ ਸਾਹਿਬ ਦੀ ਸ਼ਰਨ ਚਲੇ ਗਿਆ ਜੀ ਜੀ ਉਹਨੇ ਉੱਥੇ ਗੋਲੀ ਮਾਰਨ ਦੇ ਹੁਕਮ ਨਹੀਂ ਦਿੱਤੇ ਹਾਂਜੀ ਹਾਂਜੀ ਇਹ ਰਿਕਾਰਡਡ ਹਿਸਟਰੀ ਹੈ ਜੀ ਕਿ ਜਿਹੜੇ ਉੱਥੇ ਉਸ ਪ੍ਰਕਰਮਾ ਦੇ ਅੰਦਰ ਚਲੇ ਗਏ ਉਹਨਾਂ ਨੂੰ ਨਹੀਂ ਮਾਰਿਆ ਗਿਆ ਜੀ ਜੀ ਪਰ ਭਾਵੇਂ ਜਿਹੜੇ ਬਾਜ਼ਾਰ ਤੱਕ ਉਹ ਜਿੰਨਾ ਕ ਰਸਤਾ ਵਿਚਕਾਰ ਦਾ ਹੈਗਾ ਉਹਦੇ 'ਚ ਵੀ ਚਲੇ ਗਏ ਉਹਨਾਂ ਨੂੰ ਵੀ ਮਾਰਿਆ ਗਿਆ ਬਕਾਇਦਾ ਜੀ ਜੀ ਇੱਥੇ ਹਰਮੰਦਰ ਸਾਹਿਬ ਦੇ ਉੱਪਰ ਛੱਟ ਮਾਰਨ ਦਾ ਉਹਨਾਂ ਦਾ ਦਤਾ ਰਿਆ ਸੀ ਜੀ ਇੱਥੇ ਨਾਟ ਓਨਲੀ ਹਰਮੰਦਰ ਸਾਹਿਬ ਤੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਉਹਨਾਂ ਨੂੰ ਪੂਰਾ ਘਾਣ ਦਾ ਉਹਨਾਂ ਦਾ ਦਹੀਆ ਸੀ ਜਿਹੜੀ ਬੀੜ ਫਰਾਤਨ ਬੀੜ ਹਰਮੰਦਰ ਸਾਹਿਬ ਵਿੱਚ ਉੱਪਰ ਪ੍ਰਕਾਸ਼ ਕੀਤੀ ਜਾਂਦੀ ਹੈ ਉਹਦੇ ਵਿੱਚ ਵੀ ਗੋਲੀਆਂ ਜਿਹੜੀਆਂ ਨਜ਼ਰ ਆਉਂਦੀਆਂ ਨੇ ਜਾਂ ਉਹ ਜਿਹੜਾ ਉੱਥੇ ਗ੍ਰੰਥੀ ਸੇਵਾ ਕਰਦਾ ਸੀ ਉਹਨੂੰ ਵੀ ਜਦੋਂ ਮਾਰਿਆ ਗਿਆ ਇਹ ਸਭ ਕੁਝ ਇੱਕ ਗਿਣੀ ਮਿਥੀ ਸਾਜ਼ਿਸ਼ ਸੀ ਜੀ ਜੀ ਭਾਵੇਂ ਦੋ ਦਿਨ ਪਹਿਲਾਂ ਹੀ ਪਾਰਲੀਮੈਂਟ ਦੇ ਵਿੱਚ ਬੀਬੀ ਨੇ ਇਹ ਗੱਲ ਕਹੀ ਸੀ ਕਿ ਨਹੀਂ ਅਸੀਂ ਅਮਲ ਨਹੀਂ ਕਰਾਂਗੇ ਸ਼ਾਇਦ 2 ਜੂਨ ਦੀ ਗੱਲ ਸਾਨੂੰ ਯਾਦ ਹੈ ਉਸ ਦਿਨ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਅਸੀਂ ਇਹੀ ਸਾਡਾ ਮਕਸਦ ਹੈ ਸਾਡੀ ਇਹ ਅਪੀਲ ਹੈ ਸਾਡਾ ਇਹ ਉਪਰਾਲਾ ਹੈ ਕਿ ਅਸੀਂ ਸੱਚ ਨੂੰ ਅਸੀਂ ਉਸ ਕਾਂਡ ਦੇ ਵਿੱਚ ਜਿਹੜੀ ਮਿੱਥ ਸਨ ਉਹਦੀਆਂ ਪਰਤਾਂ ਨੂੰ ਖੋਲ ਸਕੀਏ ਔਰ ਥੋੜਾ ਜਿਆਦਾ ਕਰ ਸਕੀਏ ਕਿ ਤਾਂ ਕਿ ਸਾਨੂੰ ਸਹੀ ਗੱਲ ਪਤਾ ਲੱਗੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਬਹੁਤ ਬਹੁਤ ਹੈਲੋ ਹਾਂਜੀ ਲਾਮਾ ਸਾਹਿਬ ਇਕ ਜੀ ਕਾਨ ਸਾਹਿਬ ਇਕ ਜੀ ਫਤੇ ਜੀ ਵਾਹਿਗੁਰੂ ਜੀ ਕੀ ਫਤਿਹ हाँ हाँ हरमंदर सा फिर उसत मिली गे जन चिन्ह शख्स आ रे पर सैकड़े हो गे जी हां असर प्रीतम सिंह हूरी हां गंदर सिंह हूरी मेरे सोहरा साहब मेरे पिता जी सरदार नरेंद्रोजी हां जो तो ए, पहले ने गये ने मथे मार मार के हाँ हाँ लोह लुहान कर ठीक है ठीक है और ए, है। ए, एक नहीं वकु ने भी इस तरह कि दिमाग चल आई मेरी जेडी ती की जिक्र सकुलरिजम का जी जी ਬੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਅਨੇਕਤਾ ਹੋਵੇ ਧਰਮਾਂ ਦੀ ਵੱਖ-ਵੱਖ ਫਰੀਦ ਨਾਮ ਦੀ ਗੱਲ ਕਰ ਰਿਹਾ ਹੈ ਜੀ ਬਸ ਨਾਮ ਦੀ ਗੱਲ ਕਰ ਰਹੇ ਨੇ ਅਸੀਂ ਉਸ ਅਨੇਕਤਾ ਨੂੰ ਇਕਤਾਜ ਬੰਨ੍ਹਿਆ ਤੇ ਇਸ ਤੋਂ ਵੱਡਾ ਸਰਕੂਲਰ ਨਹੀਂ ਗਾ ਮੇਰੇ ਠੀਕ ਹੈ ਸੋਚ ਸਾਹਿਬ ਬਹੁਤ ਧੰਨਵਾਦ ਅਸੀਂ ਇੱਕ ਦੋ ਕਾਲਸ ਲੈ ਲਈਆਂ ਸਾਡੇ ਕੋਲ 2 ਮਿੰਟ ਦਾ ਸਮਾਂ ਹੈ ਜੇ ਆਪ ਇਜਾਜ਼ਤ ਦੋ ਤੇ ਅਸੀਂ ਹੋਰ ਵੀ ਦਰਸ਼ਕਾਂ ਦੇ ਵਿਚਾਰ ਲੈ ਸਕੀਏ ਜੀ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਹੈਲੋ ਵਾਇਗੁਰਜੀ ਦਾ ਖਲਸਾ ਵਾਇਗੁਰਜੀ ਦੀ ਫਤਿਹ ਕੌਣ ਬੋਲ ਰਿਹਾ ਵੀ ਜੀ ਆਤਮਾ ਸਿੰਘ ਹੋ ਰਹੇ ਨੇ ਜਰਸੀ ਤੋਂ ਹਾਂਜੀ ਆਤਮਾ ਸਿੰਘ ਜੀ ਮਹਾਰਾਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਅੱਜ ਜਿਹੜੇ ਕਾਫੀ ਲੋਕ ਕਨਫਿਊਜ਼ ਸੀਗੇ ਕਾਫੀ ਦਿਨਾਂ ਦੇ ਜੀ ਤੇ ਹਰਮੰਦਰ ਸਾਹਿਬ ਦੀ ਕਈ ਲੋਕੀ ਅਜੇ ਵੀ ਓਬਜੈਕਸ਼ਨ ਕਰਦੇ ਗੁਰੂ ਘਰਾਂ 'ਚ ਵੀ ਜੇ ਕਦੀ ਗੱਲ ਕਰੀਏ ਅਜੇ ਵੀ ਲੋਕ ਇਹ ਗੱਲ ਓਬਜੈਕਸ਼ਨ ਕਰਦੇ ਆ ਕਿ ਤੁਸੀਂ ਲੋਕ ਪੁਰਾਣੀਆਂ ਗੱਲਾਂ ਇੱਥੇ ਕਿਉਂ ਯਾਦ ਦੁਆਉਂਦੇ ਹੋ ਹਾਂਜੀ ਹਾਂਜੀ ਤੇ ਪਰ ਜੇ ਵੀ ਕੁਝ ਲੋਗ ਆਪਾਂ ਨੂੰ ਕਨਫਿਊਜ਼ ਰੱਖਦੇ ਆ ਕਿ ਸਾਡੇ ਤੇ ਜ਼ੁਲਮ ਹੋਇਆ ਜਾਂ ਕਿਤਰਾ ਆਪਾਂ ਨੇ ਤਾਂ ਮੰਨਣਾ ਚਾਹੀਦਾ ਕਿ ਇੱਕ ਬਹਾਦਰੀ ਨਾਲ ਕਰ ਇਤਿਹਾਸ ਦੁਬਾਰਾ ਦੁਹਰਾਇਆ ਗਿਆ ਜੀ ਜੀ ਜਿਹੜੇ ਆਪਣੇ ਖਾਲਸਾ ਪੰਥਾ ਲੋ ਹਮੇਸ਼ਾ ਇਤਿਹਾਸ ਲਿਖਿਆ ਗਿਆ ਥੋੜੇ ਜਿਹੜੇ ਨੇ ਏਡੀ ਵੱਡੀ ਆਰਮੀ ਮਕਸਦ ਮਕਸਦ ਸਿਰਫ ਇਹ ਇਹ ਵੇਜੀ ਕਿ ਅਸੀਂ ਸਭ ਤੋਂ ਪਹਿਲੇ ਜਿਹੜੇ ਫੈਕਟਸ ਹਨ ਜਿਹੜੇ ਕਿਉਂਕਿ ਦੋ ਵਾਈਟ ਪੇਪਰ ਜਾਰੀ ਹੋਏ ਹਨ ਇੱਕ ਸਰਕਾਰ ਵੱਲੋਂ ਇੱਕ ਸ਼ਰਮਣੀ ਕਮੇਟੀ ਵੱਲੋਂ ਔਰ ਜਿਵੇਂ ਦੱਸਿਆ ਗਿਆ ਹੈ ਦੋਨਾਂ ਦਾ ਦਾ ਹੈ ਜਿਹੜੀ ਅਪੀਰੈਂਟਲੀ ਹੈ ਸੱਚ ਤੋਂ ਬਹੁਤ ਦੂਰ ਹਨ ਤੇ ਸੱਚ ਨੂੰ ਅਗਰ ਸਾਹਮਣੇ ਲਿਆਂਦਾ ਜਾ ਸਕੇ ਇਸ ਨੂੰ ਅਸੀਂ ਕਿਦਰੇ ਹੋਰ ਕੋਈ ਵੱਡੇ ਰੋਲਾ ਪਾ ਕੇ ਜਾਂ ਵੱਡੇ ਨਾਰੇ ਦੇ ਕੇ ਅਸੀਂ ਐਸਾ ਨਾ ਹੋਏ ਅਸੀਂ ਇਹਨਾਂ ਨੂੰ ਸਮਾਪਤ ਕਰ ਦਈਏ ਇਹੀ ਇਹੀ ਸਾਡਾ ਵਿਚਾਰ ਹੈ ਇਹਦਾ ਆਪ ਦਾ ਬਹੁਤ ਬਹੁਤ ਧੰਨਵਾਦ ਅਸੀਂ ਇੱਕ ਦੋ ਕਾਲਸ ਲੈ ਕੇ ਤੇ ਅਸੀਂ ਸਮਾਪਤ ਕਰਾਂਗੇ ਬਹੁਤ ਮਿਹਰਬਾਨੀ ਆਤਮਾ ਸਿੰਘ ਜੀ ਥੈਂਕ ਯੂ ਹੈਲੋ ਹੈਲੋ ਹਾਂਜੀ ਕੌਣ ਬੋਲ ਰਿਹਾ ਹੈ ਜੀ ਪਾਜੀ ਹਰਜਿੰਦਰ ਸਿੰਘ ਬੋਲ ਰਿਹਾ ਡਾਇਲਸਟੋ ਜੀ ਹਾਂ ਜੀ ਹਰਜਿੰਦਰ ਸਿੰਘ ਜੀ ਹਾਂ ਪਾਜੀ ਹਰਜਿੰਦਰ ਸਿੰਘ ਡਾਇਲਸਟੋ ਬੋਲ ਰਿਹਾ ਹਾਂ ਜੀ ਹਾਂ ਜੀ ਹੁਕਮ ਕਰੋ ਤੁਸੀਂ ਯੂ ਆਰ ਔਨ 에ਅਰ ਤੁਸੀਂ ਪਾਜੀ ਮੈਂ ਅੰਮ੍ਰਿਤਸਰ ਤੋਂ ਆ ਤੇ ਜਿਸ ਵੇਲੇ ਅਟੈਕ ਹੋਇਆ ਆ ਗੋਲਡਨ ਟੈਂਪਲ ਦਰਬਾਰ ਸਾਹਿਬ ਤੇ ਜੀ ਉਹ ਉਸ ਵੇਲੇ ਸ਼ਾਮ ਨੂੰ ਸ਼ਬੀਲਾ ਲੱਗੀਆਂ ਸੀ ਤੇ ਇਹਨਾਂ ਨੇ ਸਾਰਾ ਬੰਦ ਕਰਾ ਕੇ ਤੇ ਰਾਤ ਨੂੰ ਉਹਨਾਂ ਨੇ 1 ਵਜੇ ਜਿਹਨੂੰ ਅਟੈਕ ਕੀਤਾ ਹਾਂ ਜੀ ਉਹ ਪਾਰੀ ਜਦੋਂ ਅਟੈਕ ਕੀਤਾ ਅਟੈਕ ਕਰਨ ਤੋਂ ਬਾਅਦ ਜਦੋਂ ਜੋ ਵੀ ਅੰਦਰ ਗੋਲੀ ਚਲੀ ਜੋ ਵੀ ਕੁਝ ਅੰਦਰ ਹੋਇਆ ਹੁਣ ਤੋਂ ਬਾਅਦ 3 ਦਿਨ ਕੋਈ লাশ ਨਹੀਂ ਚੁੱਕੀ ਕੋਈ ਬੰਦਾ ਨਹੀਂ ਅੰਦਰੋਂ ਚੁੱਕਿਆ ਗਿਆ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਠੀਕ ਹੈ ਠੀਕ ਹੈ ਠੀਕ ਹੈ ਤੇ ਨ 3 ਦਿਨ ਤੋਂ ਬਾਅਦ ਫਿਰ ਇਹਨਾਂ ਨੇ ਕੀ ਕੀਤਾ ਕਿ ਕੋਲਾ ਚੁੱਕਣ ਵਾਲੇ ਜਾਂ ਝੂੜੇ ਮਜਬੀ ਇਕੱਠੇ ਕਰਕੇ ਲਿਆ ਕੇ ਤੇ ਟਰੱਕਾਂ ਦੇ ਪੌੜਨ ਬਲ ਬਲ ਕੇ ਲਿਆ ਕੇ ਉਹ ਉਹ ਸਾਰਾ ਕੁਝ ਜਿਹੜਾ ਨਾ ਜੀ ਉਹ ਸਾਰਾ ਕੁਝ ਅੰਕਤ ਹੈ ਸਾਰਾ ਕੁਝ ਹੈ ਸਾਡੀ ਇਹ ਸਾਰਾ ਕਰਨ ਦਾ ਮਕਸਦ ਵੀ ਇਹ ਹੀ ਹੈ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਾਰੇ ਪੁਰਾਤਨ ਵੀ ਹੈ ਕਿ ਜਦੋਂ ਵੀ ਕੋਈ ਹਰਮੰਦਰ ਸਾਹਿਬ ਅੰਮ੍ਰਿਤਸਰ ਸ਼ਹਿਰ ਆਂਦਾ ਸੀ ਤਾਂ ਹਾਲ ਬਾਜ਼ਾਰ ਦੇ ਵਿੱਚ ਆ ਕੇ ਮੱਥਾ ਟੇਕਦਾ ਸੀ ਸੋ ਇਸ ਕਰਕੇ ਅਸੀਂ ਹੁਣ ਸਮਾਪਤ ਕਰਾਂਗੇ ਸਾਡਾ ਸਮਾਪਤ ਸਮਾਂ ਹੋ ਗਿਆ ਸਿਰਫ ਇੱਕ ਕਾਲ ਲੈ ਕੇ ਅਸੀਂ ਪ੍ਰੋਗਰਾਮ ਸਮੇਟਾਂਗੇ थैंक यू ਗੋਡ ਹੈਲੋ ਹੈਲੋ ਕੋਲ ਤੋਂ ਆ ਗੋਪਤ ਜੀ ਵਾਹਿਗੁਰੂ ਜੀ ਕੌਣ ਬੋਲ ਰਹੀ ਜੀ ਮੈਂ ਲਖਵਿੰਦਰ ਸਿੰਘ ਬੋ ਰਾਂ ਜੀ ਕੈਨੇਡਾ ਤੋਂ ਹਾਂ ਜੀ ਲਖਵਿੰਦਰ ਸਿੰਘ ਜੀ ਆਪ ਸੰਖੇਪ ਵਿੱਚ ਦੱਸੋ ਸਾਡਾ ਸਮਾਂ ਖਤਮ ਹੋ ਗਿਆ ਅਸੀਂ ਓਵਰ ਲੈ ਲਿਆ। ਕਰਨਾ ਜੀ ਆਈ ਰੀਅਲੀ ਸਲੂਟ ਟੂ ਗਾਇਸ ਤੁਸੀਂ ਬਹੁਤ ਵਧੀਆ ਕੰਮ ਕੀਤਾ ਜੀ ਤੇ ਮੈਨੂੰ ਪ੍ਰਾਊਡ ਆ ਜੀ ਤੁਹਾਡੇ ਤੇ। ਚਲ ਵਾਈ ਗਰੂ ਦੇ ਉੱਤੇ ਅਸੀਂ ਅਰਦਾਸ ਕਰੀਏ ਕਿ ਕਿਸੇ ਪ੍ਰਾਈਡ ਆਈ ਰੀਅਲੀ ਪ੍ਰਾਊਡ ਹਾਂ ਜੀ ਪ੍ਰਾਈਡ ਦੀ ਗੱਲ ਨਹੀਂ ਇਹ ਭਰੇ ਹੋਏ ਮਨ ਨਾਲ ਜੀ ਇਹ ਬਹੁਤ ਵੱਡੀ ਗੱਲ ਹੈ ਜੀ ਅੱਜ ਤੱਕ ਕੈਨੇਡਾ ਦੇ ਵਿੱਚ ਵੀ ਮੀਡੀਆ ਜੀ ਮੈਂ ਟੋਰਾਂਟੋ ਦਾ ਰਹਿਣਾ ਹਾਂ ਜੀ ਲੋਕਾਂ ਦੀ ਜ਼ੁਬਾਨ ਕੰਬਣ ਲੱਗ ਜਾਂਦੀ ਹੈ ਜੇ 84 ਦੇ ਅਟੈਕ ਬਾਰੇ ਗੱਲ ਕਰੀਏ ਕੋਈ ਜੀ ਜੀ ਸੋ ਸਾਡਾ ਕਿਸੇ ਨਾਲ ਗੱਲ ਕਰਨ ਦੀ ਮੈਂ ਤੁਹਾਨੂੰ ਰੀਲੀ ਸਲੂਟ ਕਰਦਾ ਜੀ ਜੀ ਫਿਰ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਠੀਕ ਹੈ ਇਹ ਜਸ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਹਾਂ ਜੀ ਕਿ ਮਕਸਦ ਜਿਹੜਾ ਹੈ ਕਿ ਜਿਦਾ ਵੀ ਨੁਕਸਾਨ ਹੋਇਆ ਕਿਸੇ ਦਾ ਵੀ ਖੂਨ ਡੁੱਲਿਆ ਭਾਵੇਂ ਉਹ ਕਿਸੇ ਦਾ ਵੀ ਡੁੱਲਿਆ ਉਸ ਵੇਲੇ ਉਹ ਖੂਨ ਇਨਸਾਨੀਅਤ ਦਾ ਖੂਨ ਸੀ ਉਹ ਹਰਮੰਦਰ ਸਾਹਿਬ ਦੀ ਪਵਿੱਤਰਤਾ ਦੇ ਉੱਤੇ ਹਮਲਾ ਸੀ ਇਹ ਹੋਣਾ ਨਹੀਂ ਸੀ ਚਾਹੀਦਾ ਕਿ ਅੱਜ ਜੇਕਰ ਮੰਨ ਲਓ ਕਿਸੇ ਥਾਂ ਦੇ ਉੱਤੇ ਕੁਛ ਕਿਹਾ ਜਾਏ ਕਿ ਇਹਦੇ ਅੰਦਰ ਕੋਈ ਗਲਤ ਅੰਸਰ ਹੈ ਤਾਂ ਕਿ ਅਸੀਂ ਇਸ ਸਥਾਨ ਨੂੰ ਉਡਾਤੇ ਨਹੀਂ ਦੇਵਾਂਗੇ ਅਸੀਂ ਉਸ ਦੇ ਲਈ ਸਾਰੇ ਤਰੀਕੇ ਵਰਤਾਂਗੇ ਕਿ ਜਾਨੀ ਨੁਕਸਾਨ ਨਾ ਹੋਏ ਪਰ ਇੱਥੇ ਤਾਂ ਜਾਪਦਾ ਹੈ ਕਿ ਉਹ ਬੰਦੇ ਇਕੱਤਰ ਕੀਤੇ ਗਏ ਇਕੱਠੇ ਕੀਤੇ ਗਏ ਔਰ ਉਹਨਾਂ ਨੂੰ ਆਣ ਦਿੱਤਾ ਗਿਆ ਫਿਰ ਕਰਫਿਊ ਲਗਾ ਕੇ ਉਸ ਦੇ ਬਾਅਦ ਜਿਹੜਾ ਹੈ ਜਿਹੜਾ ਨੁਕਸਾਨ ਹੋਇਆ ਇਹ ਅਸਹਿ ਹੈ ਆਪ ਦਾ ਬਹੁਤ-ਬਹੁਤ ਧੰਨਵਾਦ ਸਾਡਾ ਵਾਇਕ ਜੀ ਕੋਲ ਤੇ ਸਮਾਂ ਇਜਾਜ਼ਤ ਨਹੀਂ ਦਿੰਦਾ ਇਸ ਦੇ ਨਾਲ ਮੈਂ ਬਹੁਤ ਦੇਰ ਤੋਂ ਟਰਾਈ ਕਰ ਰਿਹਾ ਸੀ ਜੀ ਇਸ ਦੇ ਨਾਲ ਹੀ ਅਸੀਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਗੰਭੀਰ ਵਿਸ਼ੇ ਦੇ ਉੱਤੇ ਸਾਡਾ ਮਕਸਦ ਕੇਵਲ ਇੱਕ ਹੈ ਕਿ ਜਿਹੜਾ ਵੀ ਨੁਕਸਾਨ ਹੋਇਆ ਹੈ ਕਿਸੇ ਦਾ ਵੀ ਖੂਨ ਡੋਲਿਆ ਹੈ ਉਹ ਇਨਸਾਨੀਅਤ ਦਾ ਖੂਨ ਡੋਲਿਆ ਹੈ ਸਾਡਾ ਪ੍ਰੋਗਰਾਮ ਕਿਸੇ ਧੜੇ ਰਾਜਨੀਤੀ ਵੱਲੋਂ ਨਹੀਂ ਇੱਕ ਆਮ ਸ਼ਰਦਾਲੂ ਜਿਸ ਦਾ ਵਿਸ਼ਵਾਸ ਔਰ ਅਕੀਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਾਲ ਹੈ ਉਸ ਨਾਲ ਹੈ ਇਸ ਆਸ਼ੇ ਦੇ ਨਾਲ ਅਗਲੇ ਮੰਗਲਵਾਰ ਫਿਰ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਇਸੇ ਸਮੇਂ ਅਗਲੇ ਮੰਗਲਵਾਰ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ